ਦੇਖ ਲਾ ਕਿੰਨਾ ਟਾਈਮ ਹੋ ਗਿਆ, ਹਜੇ ਮਹਾਰਾਣੀ ਉੱਠੀ ਨੀ ਹੈਗੀ। ਚੱਲ ਕੋਈ ਨੀ, ਉਹ ਫੇਰ ਕੀ ਹੋ ਗਿਆ, ਐਵੇਂ ਮਾੜੀਆਂ ਮਾੜੀਆਂ ਗੱਲਾਂ ਤੂੰ ਆਇਆ ਨਾ ਕਰਿਆ ਕਰ। ਹਾਏ ਹਾਏ, ਮੈਂ ਤਾਂ ਆਇਆ ਨਾ, ਆ ਸਿਖਰ ਦੁਪਹਿਰਾ ਆ ਗਿਆ, ਹੋਰ ਨੀ ਕੰਮ ਹੈਗੇ? ਚੱਲ ਕੋਈ ਨੀ, ਕੰਮ ਤਾਂ ਸਾਰਾ ਦਿਨ ਹੀ ਹੁੰਦੇ ਰਹਿੰਦੇ ਆ, ਕੰਮਾਂ ਦਾ ਕੀ ਆ? ਤੂੰ ਤਾਂ ਕੁਛ ਕਹਿ ਨੀ ਦਿੰਦਾ ਮੈਨੂੰ, ਪਤਾ ਨੀ ਕੀ ਤੈਨੂੰ ਘੋਲ ਕੇ ਪਿਆ ਹੈਗਾ। ਨਹੀਂ, ਉਹ ਮਾੜੀ ਮਾੜੀ ਗੱਲ ਤੇ ਨਾ ਕਲੇਸ਼ ਵੱਜ ਜਾਂਦਾ ਘਰੇ। ਕਾਹਦਾ ਕਲੇਸ਼ ਹੈ? ਉਹ ਕਲੇਸ਼ ਹੀ ਆ, ਜੇ ਤੂੰ ਬੋਲੀ ਮੁਰਿਓ ਬੋਲੂ ਕੋਈ ਫਾਇਦਾ ਇਹਦੇ ਚ? ਚੁੱਪ ਚ ਫਾਇਦਾ ਹੁੰਦਾ ਗਾ, ਜਿੰਨਾ ਕੁ ਹੁੰਦਾ ਕਰ ਲਾ, ਨਹੀਂ ਤੂੰ ਆਪ ਕਰ ਲੈ ਗਾ। ਨਾ ਅੱਛਾ, ਇੰਨੀ ਗੱਲ ਵੀ ਨੀ ਆਪਾਂ ਕਹਿ ਸਕਦੇ ਹੈਗੇ। ਉਹ ਜੇ ਅੱਛਾ ਟਾਈਮ ਹੁੰਦਾ ਨਾ, ਟਾਈਮ ਮੁਤਾਬਕ ਬੰਦੇ ਨੂੰ ਚੱਲਣਾ ਪੈਂਦਾ ਗਾ, ਤੂੰ ਗੱਲ ਮੰਨ ਦੀ ਕਾਹਦਾ ਨੀ ਹੁੰਦੀ। ਚੱਲ ਕੋਈ ਨੀ, ਮੈਂ ਤਾਂ ਪਸੂ ਨੂੰ ਕੱਖ ਪਾ ਕੇ ਆਉਣਾ ਗਾ। ਜਾ, ਆਹੋ ਮੰਨਦਾ ਤਾਂ ਤੂੰ ਆਪ ਨੀ ਹੁੰਦਾ ਗਾ। ਟਲ ਗਿਆ ਹੁਣ ਵੀ ਹੋਰ ਨਾ ਕੁਛ ਬੋਲੀ ਜਾਵੇ, ਉਹਨੂੰ ਨੀ ਕੁਛ ਕਹਿਣ ਦੇਣਾ ਮਹਾਰਾਣੀ ਨੂੰ। ਦੇਖ ਲਾ ਹੁਣ ਉੱਠੀ ਐ, ਸੰਗ ਤਾਂ ਆਉਂਦੀ ਨੀ, ਚੁੱਪ ਕਰਕੇ ਜੀ ਲੰਘੀ ਮੇਰੇ ਕੋਲ ਦੀ। ਮੈਨੂੰ ਤਾਂ ਕੋਈ ਸਮਝ ਨੀ ਆਉਂਦੀ ਗੱਲ ਦੀ, ਸਾਰਾ ਤਾਂ ਘਰ ਦਾ ਕੰਮ ਕਰੀ ਜਾਂਦੀ ਰਹਿੰਦੀ ਐ, ਇੱਕ ਤਾਂ ਬੰਦਾ ਐਵੇਂ ਦਾ ਕੰਮ ਨੀ ਕਰਦੀ। ਮੈਨੂੰ ਤਾਂ ਇੱਦਾਂ, ਜਿਹੜੇ ਕੰਮ ਮੈਨੂੰ ਕਹਿ ਦੇਣਾ ਨਾ ਉਹੀ ਰੱਖਦੇ ਨੇ, ਕਰ ਦਿੰਦੇ ਵੀ ਆਹ ਕਰਦੇ, ਕਹਿੰਦੇ ਨੀ ਕਰਦੇ ਨੀ ਬਾਪੂ ਜੀ, ਤੇ ਇਹਦੇ ਉਹਦਾ ਕੰਮ ਨੀ ਫਿੱਟੂਗਾ। ਸਾਰਾ ਦਿਨ ਉਹਦੇ ਮਗਰ ਪਈ ਰਹੋ, ਸਾਰਾ ਦਿਨ ਉਹਦੇ ਮਗਰ ਪਈ ਰਹੋ, ਤੇ ਤੂੰ ਆਪ ਕਰਨ ਦਾ ਦੱਸ ਜੇ ਕੋਈ ਆਏਗਾ ਬੰਦਾ, ਕਹਿੰਦਾ ਢਿੱਡਾ ਮਿੱਠਾ ਵੀ ਹੋ ਜਾਂਦਾ, ਇਹਦਾ ਮਤਲਬ ਇਹ ਤਾਂ ਨਹੀਂ ਉਹਦਾ ਲੜਕੀ ਜਾਓ। ਇਹ ਤਾਂ ਐਂ ਕਹਿੰਦੇ ਮੈਨੂੰ ਕੋਈ ਕੰਮ ਹੀ ਨਾ ਕਰਨਾ ਪਵੇ, ਸਾਰਿਆਂ ਦਾ ਸਾਰਾ ਕੰਮ ਉਹੀ ਕਰੀ ਜਾਵੇ, ਤਾਂ ਹੀ ਘਰਾਂ 'ਚ ਕਲੇਸ਼ ਪੈਂਦੇ ਆ। ਮੰਮੀ ਚਾਹ ਪੀ ਲਓ। ਮੰਮੀ ਬਾਪੂ ਕਿੱਥੇ ਆ? ਬਾਪੂ ਵੀ ਇੱਥੇ ਆ, ਤੇ ਮੇਰੀ ਗੱਲ ਸੁਣ ਕੁੜੇ, ਚਾਹ ਤਾਂ ਤੂੰ ਅੱਧਾ ਦਿਨ ਕਰ ਦਿੰਨੀ ਆ ਉੱਠਦੀ ਉੱਠਦੀ, ਤੈਨੂੰ ਐ ਨੀ ਪਤਾ ਹੈਗਾ ਸੁਨੇਹਾ ਉੱਠ ਕੜਾ? ਮੰਮੀ ਮੇਰਾ ਸਿਰ ਦੁਖੀ ਜਾਂਦਾ ਸੀ। ਤੇਰਾ ਤਾਂ ਸਿਰ ਹੀ ਦੁਖਦਾ, ਤੇ ਜਿਹੜੀ ਮੈਂ ਬਿਮਾਰ ਰਹਿੰਦੀ ਉਹ? ਚਲੋ ਮੰਮੀ ਤੁਸੀਂ ਚਾਹ ਲੈ ਲਓ। ਕਿਹੜੇ ਵੇਲੇ ਤੂੰ ਹੋਰ ਕੰਮ ਨਿਬੇੜੇਗੀ, ਕਿਹੜੇ ਵੇਲੇ ਰੋਟੀਆਂ ਪਕਾਵੇਂਗੀ? 8 ਵਜੇ ਚਾਹ ਲੈ ਕੇ ਆਈ ਹੈਗੀ, 5 ਵਜੇ ਦਾ ਉੱਠ ਖੜਾ ਕਰਾ। ਕੀ ਹੋ ਗਿਆ? ਕੀ ਹੋਣਾ? ਆਈ ਕਹੇਗਾ ਵੀ ਭਾਈ ਸੁਨੇਹਾ ਉੱਠ ਖੜਾ ਕਰ, ਮੈਂ ਤਾਂ ਮਾਠ ਮਾਰ ਰਹਿੰਦੀ ਹਾਂ, ਮੈਥੋਂ ਤਾਂ ਨਹੀਂ ਹੁੰਦਾ ਗਾ। ਚੱਲ ਕੋਈ ਨੀ, ਤੂੰ ਆਰਾਮ ਕਰ ਲੈਂਦੀ, ਚਾਹ ਦਾ ਕੀ, ਚਾਹ ਆਪ ਹੀ ਬਣਾ ਲੈਂਦੀ ਹੈ, ਤੂੰ ਕਿਉਂ ਆਉਣੀ ਦੁੱਖਦੇ ਮੂੰਹ ਤੇ ਚਾਹ ਨਾ ਬਣਾਏਗਾ, ਚਾਹ ਵੇ ਤੈਨੂੰ ਮੈਂ ਗਿਆ ਹੈਗਾ, ਤੂੰ ਆਰਾਮ ਕਰ ਲੈਗਾ, ਚਾਹ ਦਾ ਕੀ, ਚਾਹ ਆਪ ਹੀ ਬਣ ਜੂ, 10 ਮਿੰਟ ਲੇਟ ਬਣ ਜਾਂਦੀ, ਕੋਈ ਗੱਲ ਫੇਰ ਤੂੰ ਕਿਉਂ, ਤੂੰ ਸਾਰਾ ਦਿਨ ਜਵਾਬਰੀ ਮਗਰ ਪਈ ਰਹਿੰਦੀ ਹੈ, ਇਹਨੂੰ 10 ਮਿੰਟ ਆਰਾਮ ਕਰ ਲੈ ਕਰਨ ਦੇ, ਤੂੰ ਐਂ ਨਾ ਕਰਿਆ ਕਰ, ਜਾਂ ਪੁੱਤ ਤੂੰ ਆਰਾਮ ਕਰ ਲੈ ਜਾ। ਠੀਕ ਹੈ ਬਾਪੂ ਜੀ। ਠੀਕ ਹੈ ਕੀ, ਕੰਮ ਨਿਬੇੜ ਲਾ, ਸਾਰੀ ਰਾਤ ਦੀ ਆਰਾਮ ਹੀ ਕਰੀ ਜਾਂਦੀ ਹੈ, ਉੱਠ ਕੇ 10 ਵਜੇ ਲੱਗ ਗਈ ਹੈਗੀ ਹੁਣ ਇਹ, ਤੈਨੂੰ ਐਂ ਨਹੀਂ ਦਿੰਦਾ ਫਿਰ ਕੰਮ ਬਾਹਰ ਕਰੂਗਾ, ਆਰਾਮ ਕਰਨਾ ਹੈਗਾ, ਚੰਗੀਆਂ ਭਲੀਆਂ ਨੂੰ ਆਰਾਮ ਦੇਖ ਲਾ। ਕਿਉਂ ਪਿਛਾ ਦਾ ਜਵਾਬ ਦੇ ਮਗਰ ਪਈ ਰਹਿੰਦੀ ਹੈ, ਕੀ ਉਹਨੇ ਬਗੈਰ ਤਾਂ ਮੈਨੂੰ ਸਮਝ ਲੈਂਦੀ ਤੇਰੀ ਗੱਲ ਦੀ, ਤੈਨੂੰ ਮੇਰੇ ਬਾਰੇ ਨੀ ਪਤਾ ਹੈਗਾ, ਵਿਗਿਆੜਤਾ ਵਿਗਿਆੜਤਾ ਉਹ ਮੈਨੂੰ ਵਿਗਿਆੜੇਗਾ ਤਾਂ ਤੂੰ ਉਹਨੂੰ ਵੀ ਪੈ ਜਾ, ਕੋਈ ਨਾ ਆਰਾਮ ਕਰ ਲਾ, ਕੰਮ ਨੂੰ ਨਾ ਕਹੀ ਕਿਤੇ। ਕੰਮ ਜਦੋਂ ਕੋਈ ਬੰਦੇ ਕਹਿੰਦਾ ਦੁਖਦਾ ਮੁਖਦਾ ਢਿੱਲਾ ਬੰਦਾ, ਉਹਨੂੰ ਉਹੀ ਜਿਹਾ ਵੀ ਰੱਖਣਾ ਚਾਹੀਦਾ, ਇਹਦਾ ਮਤਲਬ ਇਹ ਤਾਂ ਨੀ ਉਹਨੂੰ ਮਾਰਨਾ ਹੀ ਆ। ਕੋਈ ਨਾ, ਗੋਲੀ ਗੱਪਾ ਲੈ ਲੂਗੀ, ਕੋਈ ਗੱਲ ਨੀ, ਕਿਤੇ ਨੀ ਕੁਛ ਹੋਇਆ ਉਹਨੂੰ। ਤੇ ਤੂੰ ਆਪ ਕਰ ਲੈਗਾ ਜੇ ਗੋਲੀਆਂ ਲੈ ਕੇ ਕੰਮ ਹੁੰਦਾ ਹੋਵੇ, ਆਪ ਤਾਂ ਕਹਿੰਦੇ ਢਿੱਲੀਆਂ ਰੋਜ਼ ਚਾਹੀਦਾ, ਤੁਰੀ ਫਿਰਦੀ ਰਹਿੰਦੀ ਆ। ਜਿੰਨੇ ਕੁ ਯੋਗਰਾ ਹੁੰਦਾ ਨਾ ਮੈਂ ਕਰ ਲੂੰਗੀ, ਬਾਲਾ ਨਾ ਬੋਲਿਆ ਕਰ ਤੂੰ ਵੀ। ਮੈਂ ਬੋਲਦਾ ਨਹੀਂ, ਮੈਂ ਜਿਹੜੀ ਸਹੀ ਗੱਲ ਤਾਂ ਕਹੀ ਜਾਊਗੀ ਘਰੇ, ਹੁਣ ਉਹਨਾਂ ਨੂੰ ਮਾਰਨਾ ਤਾਂ ਨਹੀਂ। ਅੱਛਾ, ਜਿਹੜੇ ਤਾਂ ਨੌਜਵਾਨ ਹੈ ਉਹਨਾਂ ਨੂੰ ਮਾਰਦਾ ਤਾਂ ਨਹੀਂ, ਤੇ ਮੇਰਾ ਬੁੜੀ ਦਾ ਕੀ ਹਾਲ ਹੈਗਾ? ਸਪੀਡੀ ਗੁਰਕੇ ਮੈਂ ਤਾਂ ਕਿਸੇ ਪਾਸੇ ਬੁੜੀ ਲੱਗਦੀ ਨਹੀਂ, ਸਾਰੇ ਤਾਂ ਬੰਦਾ ਮੰਝ ਵਿੱਚ ਚੰਗੇ ਕੰਮ ਰੱਖਿਆ। ਹੂੰ, ਕਿਆਂ ਥੋੜੀ ਕਰਦਾ ਹੁੰਦਾ ਗਾ, ਸਵਾਰ ਕੇ ਕਰਿਆ ਕਰ, ਬਹੂ ਸਾਹਮਣੇ ਮੇਰੀ ਬੇਇੱਜ਼ਤੀ। ਉਹ ਮੈਂ ਬੇਇੱਜ਼ਤੀ ਨਹੀਂ ਕਰਦਾ, ਮੈਂ ਕਹਿੰਦਾ ਮੈਨੂੰ ਵੀ ਪਤਾ ਵੀ ਚਿੱਲੀ ਮਿੱਠੀ ਆ,
ਉਹਦਾ ਕਹਿਣਾ ਪੈਂਦਾ ਗਾ ਤੇ ਤੇਰਾ ਵੀ ਹੱਕ ਤੇਰਾ ਆਪਦਾ ਹੱਕ ਬਣਦਾ ਕੋਈ ਨੀ ਵੀ ਇੱਕ ਦਿਨ ਤੂੰ ਕਰ ਲਈ ਕਿੱਡੀ ਗੱਲ ਆ ਚੱਲ ਬਸ ਆ ਚਾਹ ਪੀ ਲੈ ਚੁੱਪ ਕਰਕੇ ਚਾਹ ਤਾਂ ਮੈਂ ਪੀ ਲੈਣੀ ਆ ਚਾਹ ਤਾਂ ਤੂੰ ਰੋਜ਼ ਹੀ ਪਿਆਉਣੀ ਆ ਮੈਨੂੰ ਦੂਜੀ ਚਾਹ ਨਹੀਂ ਡੱਕਿਆ ਨਾ ਚਾਹ ਦੀ ਲੋੜ ਹੀ ਨਹੀਂ ਹੜਕ ਦੇ ਲੈ ਕੇ ਹੱਥ ਤੱਕ ਖਿੱਚ 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 ਇਹਨਾਂ ਦੀ ਮੁੱਕਦੀ ਨੀ ਗੀ ਵੀ ਬੜੀ ਹੁੰਦੀ ਆ ਕਿਸੇ ਮਿੰਟ ਚੁੱਪ ਕਰ ਜਾਂਦੀ ਤੇਰੀ ਕਿਚ ਕਿਚ ਕਦੋਂ ਮੁੱਕੂਗੀ ਚੁੱਪ ਕਰ ਜਾ ਕੀ ਯਾਰ ਮੰਮੀ ਦਾ ਵੀ ਸਰਿਆ ਪਿਆ 3 ਸਾਲ ਹੋ ਗਏ ਵਿਆਹ ਕੇ ਆਈ ਨੂੰ ਕਦੇ ਕੋਈ ਕੰਮ ਕਰਨ ਨੂੰ ਨਹੀਂ ਕਿਹਾ ਸਾਰਾ ਕੰਮ ਕਰਦੀ ਆ ਸਾਰਾ ਕੁਛ ਬੈਠਣ ਨੂੰ ਦਿੰਦੀ ਆ ਫਿਰ ਵੀ ਨਖਰੇ ਕਰਨ ਨੂੰ ਨਹੀਂ ਹਟਦੀ ਵੀਰ ਗੱਲ ਸੁਣ ਆ ਝਾੜੂ ਜਾ ਮਾਰ ਕੇ ਨਾ ਫਟਾਫਟ ਰੋਟੀ ਲਾ ਦੇ ਮੇਰਾ ਦਵਾਈ ਦਾ ਟਾਈਮ ਹੋਇਆ ਪਿਆਗਾ ਠੀਕ ਆ ਮੰਮੀ ਹੌਲੀ ਹੌਲੀ ਤੁਰੀ ਫਿਰਦੀ ਆ ਬਸ ਮਸੀ ਕਿਹੜਾ ਕੰਮ ਹੁੰਦਾ ਇਹ ਤੋਂ ਟਾਈਮ ਤੇ ਲੈ ਲਿਆ ਕਰ ਦਵਾਈ ਆ ਕੀ ਹੋਗਾ ਡਿੱਗ ਪੀ ਚੱਕਰ ਖਾ ਕੇ ਉਦੋਂ ਤਾਂ ਕਹਿੰਦੇ ਕੰਮ ਕਰੀ ਜਾ ਸਾਧਨ ਕਰਾਏ ਜਾਂਦੇ ਹੁਣ 20 ਵਾਰੀ ਕਿਹਾ ਮੈਂ ਭਾਈ ਢਿੱਲੀ ਆ ਤੇ ਨਾ ਕੰਮ ਕਰਾਇਆ ਕਰ ਨਾ ਕਰਾਇਆ ਕਰ ਹੁਣ ਇਹਨੂੰ ਦੇਖ ਲਾ ਪਹਿਲਾਂ ਪਾਣੀ ਪਿਆ ਦੇ ਘੁੱਟ ਨਾਲ ਤੈਨੂੰ ਤਾਂ ਨਾ ਜ਼ਿੰਦਗੀ ਦਿਸਿਆ ਨਾ ਤੈਨੂੰ ਸਾਰੀ ਉਮਰ ਚ ਦਿਸੇ ਪਾਣੀ ਪੀ ਲਾ ਪੁੱਤਾ ਪਾਣੀ ਪੀ ਹੈਗੀ ਆ ਠੀਕ ਹੈ ਡਿੱਗ ਪੀ ਚੱਕਰ ਖਾ ਗਈ ਨਾਲੇ ਹੈਗੇ ਬਾਪੂ ਮੈਂ ਝਾੜੂ ਲਾਉਣਾ ਇੰਨਾ ਡਰ ਨੀ ਪਾਈਦਾ ਹੁੰਦਾ ਕਿਸੇ ਨੂੰ ਮਾੜਾ ਹੁੰਦਾ ਇਹਨੂੰ ਦਵਾਈ ਦਵਾਈ ਡਾਕਟਰ ਨੂੰ ਸੱਦਣਾ ਬੈਠੀਆਂ ਗਲਾਸ ਫੜੀ ਹੱਥ ਚ ਪੁੱਤੋ ਆ ਲੋਟ ਹੋ ਕੇ ਪੈ ਜਾ ਮਾੜਾ ਜਾ ਉੱਠ ਮੇਰਾ ਸ਼ੇਰ ਉਧਰ ਕਿਤੇ ਦੇਖਦੀ ਆ ਤੈਨੂੰ ਕੁਛ ਨੀ ਕਹਿੰਦੀ ਤੂੰ ਲੋਟ ਹੋ ਕੇ ਪੈ ਮੈਂ ਡਾਕਟਰ ਨੂੰ ਬੁਲਾਉਣਾ ਤੈਨੂੰ ਦਵਾਈ ਦਵਾਉਣੇ ਗਿਆ ਤੂੰ ਕੋਈ ਕੰਮ ਨੀ ਕਰਨਾ ਆਰਾਮ ਨਾਲ ਪੈ ਜਾ ਅਜੇ ਵੀ ਡਰੀ ਜਾਂਦੀ ਆ ਕੁੜੀ ਔਰ ਤੂੰ ਤਾਂ ਡਰਨਾ ਮੈਨੂੰ ਫੜੀ ਖੜੀ ਗਲਾਸ ਦੇ ਇਹਨੂੰ ਘਰ ਦੇ ਪਾਸੇ ਹੋਣਾ ਤੁਸੀਂ ਮੁਕਾਈ ਖੜੇ 3 ਘੰਟੇ ਹੋ ਗਏ ਕੋਈ ਬੋਲੀ ਜਾਂਦਾ ਕਾ ਬਿਨਾਂ ਗੱਲ ਤੋਂ ਉਹ ਨਹੀਂ ਬੋਲਦਾ ਮੈਂ ਡਾਕਟਰ ਨੂੰ ਫੋਨ ਲਾ ਕੇ ਦਵਾਈ ਦਵਾਇਆ ਇਹਨੂੰ ਹੈਲੋ ਡਾਕਟਰ ਸਾਹਿਬ ਮਾੜਾ ਘਰੇ ਆਇਆ ਜੀ ਹਾਂ ਚੱਲ ਨਹੀਂ ਬੋਲਦਾ ਠੀਕ ਹੈ ਜੀ ਆਉਂਦਾ ਇਹਨੂੰ ਦਵਾਈ ਦੇਖ ਕੇ ਦਵਾ ਦੇ ਹੁਣ ਆਰਾਮ ਕਰ ਲਓ 2 ਦਿਨ ਨਹੀਂ ਤੇ ਇੱਥੋਂ ਕੰਮ ਹੁੰਦਾ ਕੰਮ ਵਾਲੀ ਰੱਖ ਲਾ ਕੋਈ ਚੱਕਰ ਨਹੀਂ ਗਾ ਦੇਖੀ ਜਾਂਦਾ ਮਾੜਾ ਮੋਟਾ ਕਿਸੇ ਨਜ਼ਰ ਨਹੀਂ ਪਈਦਾ ਹੁੰਦਾ ਇਹ ਆਪ ਵੀ ਹੈ ਕਿਸੇ ਦੇ ਨਹੀਂ ਓਏ ਆਪ ਵੀ ਹੈ ਕਿਸੇ ਦੇ ਨਹੀਂ ਇਹ ਮੈਂ ਕਦੋਂ ਕਿਹਾ ਗਾ
ਵਿਆਹ ਕੇ ਲਿਆਂਦੀ ਆ ਕੰਮ ਕਰ ਸਕਦੇ ਸਹਾ ਗੱਲਾਂ ਹੀ ਜਾਣਦੀਆਂ ਮੈਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤਰ ਹੋਰ ਕਿਵੇਂ ਠੀਕ ਹੋ ਬਸ ਪੁੱਤਰ ਠੀਕ ਹੀ ਆ ਕੀ ਹੋ ਗਿਆ ਐਂ ਜੇ ਮੂੰਹ ਕਿਉਂ ਕੀਤਾ ਬਸ ਪੁੱਤਰ ਮੇਰੀ ਤਾਂ ਜੂਨ ਬੁਰੀ ਹੈਗੀ ਜੇਬਾ ਹੁਣ ਕੋਈ ਟੋਕਦੀ ਆਖੂਗਾ ਤੂੰ ਰਹਿਣ ਦੇ ਬੈਠੀ ਰਹਿ ਤੂੰ ਨਾ ਟੋਕਾ ਟਾਕੀ ਕਰਿਆ ਕਰ ਮੇਰੀ ਗੱਲ ਸੁਣ ਮਾਂ ਜਿਹੜੀ ਗੱਲ ਰਾਹ ਸਿਰ ਦੀ ਹੁੰਦੀ ਉਹ ਤਾਂ ਕਹੀ ਜਾਂਦੀ ਹੁੰਦੀ ਆ ਨਾ ਰੋਟੀ ਟੁੱਕ ਕਿਉਂ ਨਹੀਂ ਬਣਾਉਂਦੀ ਚਾਹ ਪਾਣੀ ਉਹਦਾ ਹੱਕ ਬਣਦਾ ਫੜਾਉਣ ਦਾ ਤੁਹਾਨੂੰ ਪੁੱਤ ਟਾਈਮ ਸਿਰ ਤਾਂ ਉੱਠਦੀ ਵੀ ਨਹੀਂ ਹੈਗੀ ਉਹ ਜੇ ਕਹਿਣੀ ਆ ਤਾਂ ਮੈਂ ਬੁਰੀ ਵੱਜਦੀ ਹੈਗੀ ਲੈ ਕੇ ਉੱਠਦੀ ਨੀ ਟਾਈਮ ਨਾਲ ਉੱਠਿਆ ਕਰੇ ਕੋਈ ਚਾਹ ਪਾਣੀ ਤੁਹਾਨੂੰ ਦਿਆ ਕਰੇ ਕੋਈ ਘਰ ਦਾ ਕੰਮ ਕਰਿਆ ਕਰੇ ਇਹ ਥੋੜੀ ਹੈ ਕਿ ਮੰਮੀ ਉਹ ਦਿਖਾਉਣ ਵਾਸਤੇ ਲਿਆਂਦੀ ਇੱਥੇ ਉਲਟਾ ਚੱਕਰ ਆ ਗਿਆ ਸਿਰ ਦੇ ਉਹਦਾ ਖੇਖਰ ਇੰਨੇ ਕਰਦੀ ਹੈ ਤੇਰੇ ਪਿਓ ਤਾਂ ਉਹਦੇ ਮਗਰੀ ਲੱਗ ਜਾਂਦਾ ਮੈਨੂੰ ਕਹਿੰਦਾ ਬਹਿ ਜਾ ਟਿੱਕੇ ਤੂੰ ਬੋਲਿਆ ਨਾ ਕਰ ਚੱਲ ਕੋਈ ਨਾ ਤੂੰ ਟੈਨਸ਼ਨ ਨਾ ਲੈ ਮੈਂ ਕਰਦੀ ਆ ਗੱਲ ਅਜੇ ਤਾਂ ਭਾਬੀ ਨਾਲ ਵੀ ਗੱਲ ਕਰਦੀ ਆ ਨਾਲ ਬਾਪੂ ਨਾਲ ਗੱਲ ਕਰਦੀ ਆ ਪੁੱਛਦੀ ਆ ਉਹਦੇ ਮਗਰ ਲੱਗ ਕੇ ਥੋੜੀ ਬੋਲੀ ਦਾ ਹੁੰਦਾ ਉਹਦਾ ਘਰ ਥੋੜੀ ਖਰਾਬ ਕਰਨਾ ਗਾ ਨਾਲੇ ਪੁੱਤ ਤੈਨੂੰ ਪਤਾ ਮੈਂ ਬਿਮਾਰ ਰਹਿੰਦੀ ਆ ਮੇਰੀ ਤਾਂ ਕੋਈ ਸਾਰ ਹੀ ਨੀ ਲੈਂਦੇ ਗੇ ਲੈ ਆਏ ਤਾਂ ਗਲਤ ਗੱਲ ਹੈਗਾ ਕੋਈ ਨੀ ਤੂੰ ਟੈਨਸ਼ਨ ਨਾ ਲੈ ਮੈਂ ਕਰਦੀ ਆ ਬਾਪੂ ਨਾਲ ਗੱਲ ਚੰਗਾ ਦਵਾਈ ਬੂਟੀ ਜਿਹੜੀ ਤੇਰੀ ਦੇਣੀ ਆ ਨਾ ਮੈਂ ਉਹਨੂੰ ਕਹਿੰਦੀ ਆ ਵੀ ਟਾਈਮ ਸਿਰ ਦਿਆ ਕਰੇ ਹਾਂ ਪੁੱਤ ਮੇਰਾ ਤਾਂ ਕੋਈ ਸੁਣਦਾ ਹੀ ਨੀ ਹੈਗਾ ਕਿੱਥੇ ਅੰਦਰ ਹੀ ਨੇ ਅੰਦਰ ਹੀ ਆ ਪੁੱਤ ਵਗ ਜਾ ਲੈ ਆ ਗਿਆ ਬਾਪੂ ਸਤਿ ਸ਼੍ਰੀ ਅਕਾਲ ਬਾਪੂ ਹਾਂ ਵਧੀਆ ਤੁਸੀਂ ਦੱਸੋ ਕਿਵੇਂ ਹੋ ਹੋਰ ਠੀਕ ਰਹਿੰਦੇ ਹੋ ਵਧੀਆ ਵਧੀਆ ਤੂੰ ਦੱਸ ਬਾਪੂ ਮੈਂ ਤਾਂ ਠੀਕ ਹਾਂ ਆ ਮਾਂ ਦਾ ਵਿਹਾਰ ਕੀਤਾ ਹੋਇਆ ਤੁਸੀਂ ਹੈ ਨਾ ਇਹਨੂੰ ਕੋਈ ਦਵਾਈ ਬੂਟੀ ਟਾਈਮ ਸਿਰ ਨਾ ਰੋਟੀ ਟੁੱਕ ਦਿੰਦੇ ਉਸ ਟਾਈਮ ਤੇ ਹਾਂ ਆਉਣ ਸਾਲ ਪੱਤੇ ਨੂੰ ਇਹ ਸ਼ਿਕਾਇਤਾਂ ਆਉਣ ਲੱਗ ਗਈ ਕੋਈ ਪਾਣੀ ਨਹੀਂ ਕੋਈ ਧਾਣੀ ਨਹੀਂ ਬਾਕੀ ਸੀ ਇਹਨਾਂ ਦਾ ਰੋਟੀ ਦੀ ਗੱਲ ਕੌਣ ਕਹਿੰਦਾ ਇਹਨੂੰ ਰੋਟੀ ਨਹੀਂ ਦਿੰਦਾ ਇਹਨੂੰ ਸਾਰਿਆਂ ਤੋਂ ਪਹਿਲੇ ਰੋਟੀ ਮਿਲਦੀ ਆ ਉਹ ਤਾਂ ਇੰਨੀ ਸਿਆਣੀ ਆਈ ਆਪਣੇ ਘਰੇ ਮੈਂ ਤਾਂ ਕਹਿੰਦਾ ਇਹ ਨੂੰ ਸਾਰਿਆਂ ਦੇ ਘਰੇ ਜਾਵੇ ਤੜਕ ਉੱਠ ਸਾ ਪਹਿਲਾਂ ਪਰਮਾਤਮਾ ਦਾ ਨਾਂ ਲੈਂਦੀ ਆ ਫਿਰ ਇਹਨੂੰ ਰੋਟੀ ਟੁੱਕ ਚਾਹ ਪਾਣੀ ਟਾਈਮ ਤੇ ਦਿੰਦੀ ਆ ਭੂਰਾ ਕੰਮ ਨਹੀਂ ਕਰਨ ਦਿੰਦੀ ਇਹਨੂੰ ਇਹੋ ਜਿਹੀ ਆਈ ਆ ਤਾਂ ਆਪਣੇ ਘਰੇ ਆਪਣੇ ਘਰ ਦੇ ਤਾਂ ਭਾਗ ਖੁੱਲ ਗਏ ਆ ਗੱਲ ਤੈਨੂੰ ਬਹਿਮ ਕੀ ਨੇ ਪਤਾ ਲੈ ਦੇਖ ਲੈ ਪੁੱਤ ਕਿਵੇਂ ਤਰੀਫਾਂ ਦੇ ਪੁਲ ਬੰਨੀ ਜਾਂਦਾ ਹਜੇ ਕਿਹੜਾ ਮੰਨਦਾ ਉਹ ਮੰਨਣ ਵਾਲੀ ਕਿਹੜੀ ਗੱਲ ਆ ਮੈਂ 24 ਘੰਟੇ ਘਰੇ ਰਹਿਣਾ ਤੇ ਮੈਂ ਦੇਖਦਾ ਨੀਗਾ ਵੇਖੋ ਜੇ ਤੈਨੂੰ ਉੱਥੋਂ ਕੋਈ ਬਿਨਾਂ ਗੱਲਬਾਤ ਤੰਗ ਕਰੇ ਤਾਂ ਮੈਨੂੰ ਦੁੱਖ ਨਹੀਂ ਆਊਗਾ ਉਹ ਤਾਂ ਗੱਲ ਬਾਪੂ ਤੁਹਾਡੀ ਠੀਕ ਹੈ ਪਰ ਮਾਂ ਵੀ ਝੂਠ ਨਹੀਂ ਬੋਲਦੀ ਗੀ ਜਿਵੇਂ ਹੁਣ ਇਹਦੀ ਹਾਲਤ ਹੋਈ ਪਈ ਆ ਦੇਖ ਕੇ ਤਾਂ ਐਂ ਲੱਗਦਾ ਵੀ ਇਹਨੂੰ ਕੰਮ ਧੰਦੇ ਲਈ ਰੱਖ ਦਿਓ ਤੁਸੀਂ ਦੇਖੋ ਜੀ ਜੇ ਮਾਂ ਨੇ ਝੂਠ ਬੋਲਦੀ ਤੇ ਫਿਰ ਪਿਓ ਵੀ ਨਹੀਂ ਝੂਠ ਬੋਲਦਾ ਸਾਰੀਆਂ ਗਲਤਾਂ ਇਹਦੀਆਂ ਆਈਆਂ ਉਹ ਤਾਂ ਜੇ ਦੁੱਖ ਦਾ ਕੁਛ ਦਾ ਕੁਛ ਵੀ ਆ ਨਾ 24 ਘੰਟੇ ਇਹਦੀ ਸੇਵਾ ਕਰਦੀ ਰਹਿੰਦੀ ਆ ਉਹ ਤਾਂ ਗੱਲ ਬਾਪੂ ਠੀਕ ਆ ਸੇਵਾ ਕਰਨਾ ਉਹਦਾ ਹੱਕ ਬਣਦਾ ਹੈਗਾ ਤੇ ਹੋਰ ਕੌਣ ਕਰੂਗਾ ਜੇ ਉਹ ਨਾ ਕਰੂਗੀ ਤਾਂ ਹੱਕ ਬਣਦਾ ਜੇ ਬੰਦੇ ਦੀ ਤਕਲੀਫ ਜ਼ਿਆਦਾ ਢਿੱਲੀ ਹੋਵੇ ਬੁਖਾਰ ਵੀ ਚੜ ਜਾਂਦਾ ਉਦੋਂ ਵੀ ਕੰਮ ਕਰਾਉਂਦੀ ਆ ਫਿਰ ਸਹੀ ਹੈ ਗੱਲ ਤਾਂ ਤੂੰ ਦੱਸ ਮੇਰੇ ਮੈਨੂੰ ਗੱਲ ਦੇਖ ਲੈ ਪੁੱਤ ਆ ਮਾੜਾ ਚੱਕਰ ਆਇਆ ਚੱਲ ਡਿੱਗ ਪਈ ਅੰਦਰ ਡਾਕਟਰ ਵੀ ਬੁਲਾਇਆ ਦਵਾਈ ਵੀ ਦਿੱਤੀ ਆਪ ਪਾਣੀ ਧਾਣੀ ਵੀ ਪਿਆ ਤੇ ਮੈਨੂੰ ਤਾਂ ਤੜਕੇ ਕਿਹੜੇ ਵੇਲੇ 9 ਵਜੇ ਚਾਹ ਬਣਾਉਂਦੀ ਆ ਨਹੀਂ 5 ਵਜੇ ਤਾਂ ਉੱਠ ਖੜੇ 6 ਵਜੇ ਉੱਠ ਖੜੇ ਉੱਠਦੀ ਆ ਓਹੋ ਮੈਂ ਕਹਿੰਦੀ ਸਾਰੇ ਘਰਾਂ ਦੇ ਕੰਮ ਨਵੇੜ ਲੈਂਦੀਆਂ ਨੇ ਜਦੋਂ ਉਹ ਉੱਠਦੀ ਹੈਗੀ ਦੇਖ ਪੁੱਤ
ਮੈਨੂੰ ਸਮਝਾਉਣ ਦੀ ਬਜਾਏ ਨਾ ਇਹਨੂੰ ਸਮਝਾ ਇਹਦੇ ਪੱਲੇ ਵਾਪਸ ਆ, ਉਹ ਦੇਖ ਆਪਣੀ ਨੂੰਹ ਨੀ ਆਪਣੀ ਉਹ ਧੀ ਆ, ਜੇ ਆਪਾਂ ਧੀ ਬਣਾ ਕੇ ਰੱਖਾਂਗੇ ਫੇਰ ਹੀ ਕੰਮ ਚੱਲੂਗਾ, ਇਹਨੇ ਤਾਂ ਇਹਨੂੰ ਨਾ ਧੀ ਬਣਾਇਆ ਤੇ ਨਾ ਨੂੰਹ ਬਣਾਇਆ, ਉਹਦੇ ਨਾਲ ਇਹੋ ਜਿਹਾ ਵਿਹਾਰ ਕਰਦੀ ਆ ਮੈਨੂੰ ਬਿਲਕੁਲ ਵੀ ਚੰਗਾ ਨੀ ਲੱਗਦਾ। ਦੇਖ ਲੈ ਪੁੱਤ ਮੈਂ ਝੂਠ ਮਾਰਦੀ, ਇਹਨੂੰ ਐ ਪੁੱਛ ਲਾ ਕਿ ਤਾਂ ਰੋਟੀ ਖਾ ਲਈ, ਹਾਲ ਤੱਕ ਨਾ ਦੁਪਹਿਰਾ ਆ ਗਿਆ, ਰੋਟੀ ਦਾ ਨਾਂ ਤੇ ਨੀ ਹੈਗਾ ਸਾਡਾ। ਨਾ ਹੱਦ ਹੋਈ ਪਈ ਆ ਬਾਪੂ, 11 ਵਜੇ ਨੂੰ ਆਇਆ ਪਿਆ ਹਜੇ ਤੱਕ ਤੁਹਾਨੂੰ ਉਹਨੇ ਰੋਟੀ ਨਹੀਂ ਦਿੱਤੀ, ਨਾ ਹੈ ਕਿੱਥੇ ਉਹ, ਮੈਂ ਕਰਦੀ ਆ ਉਹਦੇ ਨਾਲ ਗੱਲ। ਆ ਦੇਖ ਲੈ ਹੁਣ ਤੇਰਾ ਕਾਲ ਦਾ ਖਰਚੂਗਾ, ਉਹਦੇ ਮਗਰ ਤੂੰ ਹੀ ਵਧੇਰੀ ਸੀ, ਇੱਕ ਹੋਰ ਪਾਤੀ ਉਹਦੇ ਮਗਰ। ਸੱਚੀ ਗੱਲ ਕਹਿਣ ਨੂੰ ਕੋਈ ਡਰ ਨਹੀਂ ਹੈਗਾ, ਕਹਿ ਦੇਣਦੇ ਜਿਹੜੀ ਕਹੂਗੀ। ਹਾਂ ਜਿਹੜੀ ਆ ਹੱਦ, ਮੈਂ ਬਿਲਕੁਲ ਝੂਠਾ ਗਾ, ਉਹ ਵੀ ਢਿੱਲੀ ਆ ਗਈ, ਕਿੱਡਾ ਕੰਮ ਆ ਗਾ। ਚੱਲ ਚੰਗਾ, ਕਿਸੇ ਨੂੰ ਚੱਲ ਪਰਮਾਤਮਾ ਦੇਖਦੇ ਕਰਕੇ, ਮੈਂ ਤਾਂ ਕਹਿਣਾ ਦੇਖ ਲਾ ਮੈਂ ਤੈਨੂੰ ਆਹ ਟੱਬਰ ਬਣਾ ਕੇ ਰੱਖਿਆ ਤੇ ਟੱਬਰ ਬਣਾ ਕੇ ਰਹਿ, ਕੋਈ ਆਹ ਖੁੰਦਕਾ ਜਿਹੜੇ ਕਰਦੇ ਨੇ ਮਾੜੀਆਂ ਹੁੰਦੀਆਂ ਗੀਆਂ। ਉਹ ਚੰਗਾ ਗੁਰੂ ਤੂੰ ਨਹੀਂ ਕੁਛ ਕਹਿਣ ਦਿੰਦਾ ਹੈਗਾ, ਨਾਲੇ ਕਿਉਂ ਦੇ ਮਾਂ ਮੈਂ ਅਗਲੇ ਲਿੱਬੇ ਵਿਆਹ ਕੇ ਲਿਆ, ਤੂੰ ਵਿਆਹ ਕੇ ਲਿਆ ਮੈਂ ਤਾਂ ਕੁਛ ਹੋਰ ਕਰਕੇ ਲਿਆਈ, ਮੈਂ ਵੀ ਤਾਂ ਵਿਆਹ ਕੇ ਲਿਆਉਂਦੇ ਪਾਣੀ ਵਾਰ ਕੇ ਪੀਤਾ, ਮੈਂ ਵੀ ਪਾਣੀ ਬਣਾ ਕੇ ਪੀਤਾ ਨਾ, ਧੀ ਬਣਾ ਕੇ ਰੱਖ ਆਉਂਦੀ ਜਿਵੇਂ ਰੋਕ ਰੱਖ ਦਿੰਦੇ ਆ, ਨਾ ਧੀ ਬਣਾਈ ਤੂੰ ਤਾਂ ਨਾ ਨੂੰ ਬਣਾਈ, ਕਹਿਣ ਹੀ ਦਿੰਦਾ ਕੁਛ ਕਹਿਣ ਕਿਵੇਂ ਦੇਣਾ, ਉਹ ਗਲਤੀ ਹੋਵੇ ਕਹਿਣ ਦੇ ਰਿਹਾ, ਜਾ ਖੜਾ ਹੋ ਜਾ ਇੱਥੋਂ, ਉਹਨੂੰ ਕੀ ਪਤਾ ਵਿਚਾਰੀ ਤਾਂ ਬਾਹਰੋਂ ਆਈ ਆ, ਜਿਵੇਂ ਕਹਿ ਤਾ ਉਹ ਮਗਰ ਲੱਗ ਗਈ, ਉਹਨੂੰ ਪਤਾ ਇਸ ਗੱਲ ਦਾ, ਉਹ ਤੇਰੇ ਵਾਸਤੇ ਗੱਲਾਂ ਠੀਕ ਨਹੀਂ ਇਹ, ਉਹ ਬਸ ਕਰ ਮੈਂ ਵੀ ਜਾਵਾਂ ਅੰਦਰ। ਹਾਂ ਤੂੰ ਵੀ ਬਾਜਾ, ਤੇਰੇ ਨਾਲ ਵੀ ਕੱਚ ਰਹਿ ਜੇ ਹੁਣ, ਜਾਉਂਗੀ ਫਿਰ। ਹਾਂ ਮਾਰ ਗੋਲੀ ਨਾ, ਤੂੰ ਮੈਨੂੰ ਐਂ ਦੱਸ ਮੇਰੀ ਮਾਂ ਦਾ ਕੀ ਹਾਲ ਕੀਤਾ ਗਾ, ਹੈ ਨਾ ਉਹਨੂੰ ਕੋਈ ਰੋਟੀ ਟੁੱਕ ਟਾਈਮ ਤੇ, ਨਾ ਕੋਈ ਚਾਹ ਪਾਣੀ। ਨਹੀਂ ਦੀਦੀ ਤੁਸੀਂ ਗਲਤ ਸਮਝ ਰਹੇ, ਏਦਾਂ ਦਾ ਕੁਛ ਨੀ ਹੈ। ਨਾ ਮੈਂ ਕੀ ਗਲਤ ਸਮਝ ਰਹੀ ਹਾਂ, ਉਹ ਟਾਈਮ ਦੇਖ ਲੈ ਕਿੰਨਾ ਹੋਇਆ ਪਿਆਗਾ। ਅਜੇ ਟਾਈਮ ਇੰਨਾ ਹੋ ਗਿਆ ਦੀਦੀ, ਮੇਰਾ ਨਾ ਸਿਰ ਦੁਖੀ ਜਾਂਦਾ ਸੀ, ਥੋੜੀ ਦੇਰ ਵੈਸੇ ਹੀ ਲੇਟ ਗਈ ਸੀ ਮੈਂ। ਨਾ ਤੂੰ ਤਾਂ ਪੈ ਗਈ ਸੀ, ਇਹਦੇ ਕੰਨੀ ਵੀ ਦੇਖ ਲੈ, ਇਹ ਦਵਾਈ ਖਾਂਦੀ ਹੈ, ਜੇ ਇਹਨੂੰ ਰੋਟੀ ਟੁੱਕ ਟਾਈਮ ਨਾਲ ਦੇਵੇਂਗੀ ਫੇਰ ਹੀ ਦਵਾਈ ਲਊਗੀ ਇਹ। ਨਹੀਂ ਦੀਦੀ ਏਦਾਂ ਦੀ ਕੋਈ ਗੱਲ ਨਹੀਂ, ਮੇਰੀ ਅੱਜ ਥੋੜੀ ਤਬੀਅਤ ਠੀਕ ਨਹੀਂ ਲੱਗ ਰਹੀ ਸੀ ਤਾਂ ਕਰਕੇ ਮੈਂ ਪੈ ਗਈ ਸੀ। ਆ ਦੇਖ ਲੈ ਪੁੱਤ ਕਿਵੇਂ ਜਵਾਨ ਲੜਾਉਂਦੀ ਹੈ, ਹਜੇ ਵੀ ਮੰਨਦੀ ਨਹੀਂ ਗੱਲ ਨੂੰ। ਨਾ ਹੁਣ ਤਾਂ ਮੈਂ ਆਪਦੇ ਅੱਖੀ ਦੇਖ ਲਿਆ, ਪਹਿਲਾਂ ਤਾਂ ਮੈਨੂੰ ਐਂ ਸੀ ਚੱਲ ਮਾਂ ਉਹ ਹੀ ਕਹੀ ਜਾਂਦੀ ਹੈਗੀ। ਦੇਖੋ ਪੁੱਤ ਬੰਦਾ ਕਹਿੰਦੇ ਢਿੱਲਾ ਮਿੱਠਾ ਹੋ ਜਾਂਦਾ, ਗੱਲ ਜਾਣ ਕੇ ਪਈ ਹੈ ਅੱਜ ਹੀ ਰੋਟੀ ਲੇਟ ਹੋਈ ਹੈ, ਅੱਗੇ ਰੋਜ਼ ਦੇਹਾਂ ਲਾਉਂਦੀ ਹੈ, ਇਸੇ ਲਾਉਣੀ ਅੱਜ ਢਿੱਲੀ ਹੋਊਗੀ, ਫਿਰ ਟਾਈਮ ਤੇ ਰੋਟੀ ਫੇਰ ਹੀ ਲਾਉਂਦੀ ਜੇ ਠੀਕ ਹੁੰਦੀ ਹੈ ਇਹ। ਬਾਪੂ ਮੈਨੂੰ ਤੁਹਾਡਾ ਵੀ ਲੱਗ ਗਿਆ ਪਤਾ, ਤੁਸੀਂ ਬਸ ਚੁੱਪ ਹੀ ਰਹੋ, ਬਾਹਲੀ ਨਾ ਇਹਦੀ ਮਿਹਰਜੀ ਕਰਾਇਆ ਕਰੋ, ਮਾਂ ਕੰਨੀ ਵੀ ਦੇਖੋ ਇਹਨੇ ਤੁਹਾਡੇ ਨਾਲ ਜ਼ਿੰਦਗੀ ਕੱਢੀ ਹੈ। ਪੁੱਤ ਜੇ ਇਹਨੇ ਮੇਰੇ ਨਾਲ ਜ਼ਿੰਦਗੀ ਕੱਢੀ ਆ, ਮੈਨੂੰ ਇਹ ਗੱਲ ਤਾਂ ਪਤਾ ਗਾ, ਹੁਣ ਉਹ ਵੀ ਆਪਣੇ ਨਾਲ ਸਾਰੀ ਉਮਰ ਹੀ ਕੱਢੂ, ਆਪਣਾ ਵੀ ਹੱਕ ਬਣਦਾ, ਉਹਦਾ ਸਹਾਰਾ ਬਣਦਾ, ਹੁਣ ਇਹਦਾ ਹੱਕ ਬਣਦਾ, ਸਹਾਰਾ ਬਣਦਾ, ਇਹਦਾ ਬਣੇ ਨਹੀਂ, ਫਿਰ ਮੈਂ ਤਾਂ ਉਹਦੇ ਬਾਰੇ ਮਾੜਾ ਮੋਟਾ ਦੇਖੂਗਾ, ਜਦੋਂ ਉਹਦੇ 'ਚ ਕੋਈ ਗਲਤੀ ਹੈ ਨ਀ ਫਿਰ ਇਸੇ ਨੂੰ ਕਹੂ ਮੈਂ, ਇਹੋ ਕਿਹਨੂੰ ਕਹਾਂ। ਦੀਦੀ ਦੇਖੋ ਤੁਸੀਂ ਅੱਜ ਤਾਂ ਦੇਖ ਲਿਆ ਮੈਨੂੰ ਪਈ ਨੂੰ, ਅੱਜ ਤੁਸੀਂ ਸਾਰੇ ਮੈਨੂੰ ਬੋਲਣ ਲੱਗ ਗਏ, ਜਿਹੜੇ ਮੈਂ ਅੱਗੇ ਕਰਦੀ ਆ ਉਹ ਲੈ ਅੱਗੇ ਕਰਦੀ ਤੇ ਹੋਰ ਕੌਣ ਕਰੂਗਾ, ਤੂੰ ਹੀ ਕਰੇਂਗੀ, ਹੋਰ ਇੱਥੇ ਕੋਈ ਬਾਹਰੋਂ ਆ ਕੇ ਤਾਂ ਕਰ ਨਹੀਂ ਲੱਗਿਆਗਾ ਭਾਈ। ਦੀਦੀ ਮੈਂ ਕਰਦੀ ਆ, ਮੇਰਾ ਘਰ ਹੈ, ਮੈਂ ਆਪਣਾ ਘਰ ਸਮਝ ਕੇ ਕਰਦੀ ਆ, ਫਿਰ ਤੁਸੀਂ ਏਦਾਂ ਨਾ ਬੋਲੋ ਮੈਨੂੰ। ਨਾ ਜੇ ਘਰ ਤੇਰਾ ਗਾ ਤੇ ਆ ਵੀ ਤੇਰੀ ਮਾਂ ਹੀ ਹੈ, ਫਿਰ ਮੈਂ ਮਾਂ ਨੂੰ ਮਾਂ ਸਮਝਦੀ ਆ, ਮੈਂ ਕੁਝ ਵੀ ਨਹੀਂ ਕਰਨ ਦਿੰਦੀ ਮਾਂ ਨੂੰ, ਸਾਰਾ ਕੰਮ ਆਪ ਕਰਦੀ ਆ, ਸਾਰਾ ਕੁਝ ਦਿਨਿਆ ਕਰਕੇ, ਫਿਰ ਵੀ ਮੈਂ ਗਲਤ ਆ। ਦੇਖ ਪੁੱਤ ਕਹਿਣ ਦਾ ਕੁਝ ਮਰਜ਼ੀ ਕਹਿ ਲੋ, ਬਹੁਤ ਜ਼ਿਆਦਾ ਖਿਆਲ ਰੱਖਦੀ ਆ ਇਹ, ਮੈਂ ਸਾਰਾ ਦਿਨ ਦੇਖੀ ਜਾਣਾ ਹੈ ਨਾ, ਇਹਨੇ ਤਾਂ ਇਹਦੋਂ ਕਿਤੇ ਨਾ ਹੀ ਨਹੀਂ ਕਰਿਆ ਤੇ ਨਾ ਹੀ ਇਹ ਕਰੇ। ਬਸ ਬਾਪੂ ਮੈਂ ਸਾਰਾ ਕੁਝ ਦੇਖ ਲਿਆ, ਮੇਰੀ ਮਾਂ ਦੀ ਕਿੰਨੀ ਕੁ ਕਦਰ ਹੈ ਇੱਥੇ, ਮੈਂ ਆਦੀ ਮਾਂ ਨੂੰ ਨਾਲ ਲੈ ਕੇ ਜਾਊਂਗੀ। ਨਾ ਦੀਦੀ ਤੁਸੀਂ ਏਦਾਂ ਨਾ ਕਰੋ, ਮੰਮੀ ਨੂੰ ਨਾਲ ਲੈ ਕੇ ਜਾਓ, ਮੈਂ ਮੰਮੀ ਦਾ ਬਹੁਤ ਧਿਆਨ ਰੱਖਦੀ ਆ, ਜੇ ਤੁਹਾਨੂੰ ਹਜੇ ਵੀ ਏਦਾਂ ਲੱਗਦਾ ਮੈਂ ਮੰਮੀ ਦਾ ਹੋਰ ਧਿਆਨ ਰੱਖੂੰਗੀ, ਟਾਈਮ ਟੂ ਟਾਈਮ ਰੋਟੀ ਵੀ ਦਊਂਗੀ, ਬਹੁਤ ਧਿਆਨ ਰੱਖੂੰਗੀ, ਪਲੀਜ਼ ਤੁਸੀਂ ਮੰਮੀ ਨੂੰ ਏਦਾਂ ਨਾ ਲੈ ਕੇ ਜਾਓ, ਲੋਕੀ ਕੀ ਕਹਿਣਗੇ ਕਿ ਇਹਨਾਂ ਦਿਨ ਉਹਨੇ ਸੱਸ ਘਰੋਂ ਕੱਢਤੀ, ਪਲੀਜ਼ ਦੀਦੀ ਮੈਂ ਬਹੁਤ ਧਿਆਨ ਰੱਖੂੰਗੀ, ਤੁਸੀਂ ਮੰਮੀ ਨੂੰ ਨਾ ਲੈ ਕੇ ਜਾਓ। ਬਸ ਉਹ ਤਾਂ ਮੈਨੂੰ ਦਿਸ ਹੀ ਜਾਂਦਾ ਵੀ ਤੂੰ ਕਿੰਨਾ ਕੁ ਧਿਆਨ ਰੱਖਦੀ ਹੈਗੀ, ਮੈਂ ਤਾਂ ਜਿਹੜੀ ਗੱਲ ਹੁਣ ਕਹਿ ਤੀ ਉਹ ਕਰਕੇ ਹਟੂੰਗੀ, ਮੈਂ ਆਪਦੀ ਮਾਂ ਨੂੰ ਲੈ ਕੇ ਜਾਊਂਗੀ ਇੱਥੋਂ।
ਦੀਦੀ ਤੁਸੀਂ ਗਲਤ ਕਰੀ ਜਾਂਦੇ ਹੋ, ਤੁਸੀਂ ਸਾਡਾ ਘਰ ਖਰਾਬ ਕਰੀ ਜਾਂਦੇ ਹੋ ਮੰਮੀ ਪਿੱਛੇ ਲੱਗ ਕੇ। ਦੇਖ ਲੈ ਪੁੱਤ, ਉਹ ਤਾਂ ਕਹਿੰਦੀ ਮੈਂ ਬਿਮਾਰ ਆ ਤੇ ਜੀਵ ਦੇਖ ਲਾ ਕੈਂਚੀ ਵਾਂਗੂ ਚੱਲਦੀ ਇਹਦੀ। ਨਾ ਗਲਤ ਕਰਨ ਨੂੰ ਮੈਂ ਕੀ ਗਲਤ ਕਰੀ ਜਾਂਦੀ ਹੈਗੀ, ਮੈਂ ਆਪਦੀ ਮਾਂ ਨੂੰ ਲੈ ਕੇ ਚੱਲੀ ਆ ਕਿਸੇ ਹੋਰ ਨੂੰ ਨੀ। ਜੇ ਤੂੰ ਚੱਜਦੀ ਹੁੰਦੀ ਇਹਨੂੰ ਦਵਾਈ ਬੂਟੀ ਟਾਈਮ ਸਿਰ ਦਿੰਦੀ ਤਾਂ ਮੈਨੂੰ ਇਹ ਲੋੜ ਨੀ ਪੈਣੀ ਸੀ ਅੱਜ। ਪੁੱਤ ਇਹਨੇ ਅਸੀਂ ਕਿਹੋ ਜਿਹੀ ਗੱਲ ਕਹਿਤੀ ਜਿਹੜੀ ਤੈਨੂੰ ਦੁੱਖ ਲੱਗੀ ਜਾਂਦੀ ਹੈ? ਉਹਨੇ ਤਾਂ ਐਂ ਕਿਹਾ ਹੈਗਾ ਵੀ ਮੈਂ ਇਹਦੀ ਸੇਵਾ ਕਰਦੀ ਹਾਂ, ਤੂੰ ਇਹਨੂੰ ਨਾ ਲੈ ਕੇ ਜਾ, ਮਾੜਿਆ ਘਰਾਂ 'ਚ ਫਰਕ ਪੈ ਜਾਂਦਾ। ਉਹ ਲਿਜਾਣ ਨੂੰ ਮੈਂ ਕੁਛ ਨੀ ਕਹਿੰਦਾ, ਜੇ ਭਰਾਪੇ ਤਾਂ ਉੱਤੇ ਲਿਜਾਣਾ, ਇੱਕ ਦਿਨ ਲੈ ਜਾ ਭਾਵੇਂ ਦੋ ਦਿਨ ਲੈ ਜਾ, ਊਂ ਲਿਜਾ ਸਕਦੀ ਹਾਂ ਪਰ ਗੁੱਸੇ 'ਚ ਨਹੀਂ ਤੂੰ ਲਿਜਾ ਸਕਦੀ। ਬਾਪੂ ਉਹ ਤਾਂ ਮੈਨੂੰ ਦਿਸ ਹੀ ਜਾਂਦਾ ਵੀ ਕਿੰਨੀ ਕੁ ਦਵਾਈ ਬੂਟੀ ਦਿੰਦੀ ਹੈ ਇਹਨੂੰ, ਕਿੰਨਾ ਕਿਹੜਾ ਸਾਂਭ ਸੰਭਾਲ ਕਰਦੀ ਹੈਗੀ। ਤੂੰ ਵੀ ਨਾ ਇਹ ਗੱਲਾਂ ਵਾਲੀਆਂ ਨਾ ਸੁਣਿਆ ਕਰ। ਦੀਦੀ ਮੈਂ ਦਿੰਦੀ ਹਾਂ ਦਵਾਈ ਬੂਟੀ ਵੀ, ਸਾਰਾ ਧਿਆਨ ਵੀ ਰੱਖਦੀ ਹਾਂ, ਅੱਜ ਮੈਂ ਬਿਮਾਰ ਹੋ ਗਈ ਅੱਜ ਸਾਰੇ ਜਣੇ ਮੇਰੇ ਪਿੱਛੇ ਪੈ ਗਏ। ਮੈਨੂੰ ਦਿਸ ਹੀ ਜਾਂਦਾ ਕਿੰਨਾ ਕੁ ਚਾਹ ਪਾਣੀ ਪਿਆਉਗੇ ਫਿਰ। ਚੱਲ ਮਾਂ ਦੇਖ ਲਾ ਪੁੱਤ, ਜਿਹੜਾ ਕੁਛ ਆ ਹੋਇਆ ਚੰਗਾ ਨਹੀਂ ਹੋਇਆ, ਆ ਤੇਰੀ ਮਾਂ ਨੇ ਤਾਂ ਆਪਣਾ ਘਰ ਹੀ ਖਰਾਬ ਕਰ ਦਿੱਤਾ ਸਾਰਾ। ਪੁੱਤ ਤੂੰ ਕਿਉਂ ਰੋਣੀ ਆ, ਤੇਰਾ ਇਹਦੇ 'ਚ ਕੀ ਕਸੂਰ ਆ? ਹੁਣ ਮੈਨੂੰ ਪਤਾ ਨੀਗਾ ਤੇਰਾ ਇਹ ਕੀ ਕਸੂਰ ਆ ਕੀ ਨਹੀਂ ਆ, ਮੈਨੂੰ ਸਾਰੀਆਂ ਗੱਲਾਂ ਦਾ ਪਤਾ। ਪੁੱਤ ਉਹ ਜਾਣ ਬੁੱਝ ਕੇ ਤੇਰੇ ਤੇ ਦੂਸਰੇ ਲਾਏ ਜਾਂਦੇ, ਹੁਣ ਲਾਈ ਤਾਂ ਗਈ, ਮੈਂ ਦੇਖੂ ਕਹਿ ਕੇ ਦਿਨ ਰੱਖਣਗੇ। ਤੂੰ ਬਿਨਾਂ ਗੱਲਬਾਤ ਤੋਂ ਰੋਣਾ, ਹੁਣ ਜੇ ਤੂੰ ਰੋਏਂਗੀ ਨਾ ਮੇਰਾ ਮਨ ਵੀ ਦੁਖੀ ਹੁੰਦਾ। ਦੇਖ ਮੈਂ ਤਾਂ ਤੈਨੂੰ ਧੀ ਬਣਾ ਕੇ ਰੱਖਿਆ, ਮੈਨੂੰ ਤਾਂ ਸਾਰੀਆਂ ਗੱਲਾਂ ਦਾ ਪਤਾ, ਤੂੰ ਕਿੰਨਾ ਕੰਮ ਕਰਦੇ ਆ, ਕੀ ਕਿੱਡੀ ਗੱਲ ਆ, ਬੰਦਾ ਢਿੱਲਾ ਮਿੱਠਾ ਤਾਂ ਹੋ ਹੀ ਜਾਂਦਾ ਗਾ, ਜੇ ਤੂੰ ਢਿੱਲੀ ਮਿੱਠੀ ਹੋ ਗਈ ਇੱਕ ਦਿਨ ਰੋਟੀ ਨਾ ਆਈ ਕਿੱਡੀ ਕਾਫਤ ਆ ਗਈ। ਬਹੁਤ ਗਲਤ ਗੱਲ ਆ ਉਹਨਾਂ ਦੀ। ਬਾਪੂ ਜੀ ਮੇਰੀ ਗਲਤੀ ਕੀ ਸੀ? ਪੁੱਤ ਤੇਰੀ ਗਲਤੀ ਇਹੀ ਆ, ਤੂੰ ਉਹਨੂੰ ਟਾਈਮ ਤੇ ਰੋਟੀ ਦੇ ਦੇਣੀ ਆ, ਤੂੰ ਕੁਛ ਬੋਲਦੀ ਨੀ, ਆਹੀ ਗਲਤੀ ਆ। ਅੱਜ ਕੱਲ੍ਹ ਤੈਨੂੰ ਉਸਦਾ ਆਹ ਫਲ ਮਿਲਿਆਗਾ, ਬਸ ਆਹੀ ਗਲਤੀ ਆ ਤੇਰੀ। ਕੋਈ ਗੱਲ ਨੀ, ਰੱਬ ਤੇ ਭਰੋਸਾ ਰੱਖ, ਮੈਂ ਦੇਖੂ ਕਹਿ ਕੇ ਤੈਨੂੰ ਉਹਨੂੰ ਰੱਖ ਦਿਆ, ਇੱਥੇ ਹੀ ਆਉਣਾ ਉਹਨੇ, ਐਵੇਂ ਬਿਨਾਂ ਗੱਲ ਤੋਂ ਚਿੰਤਾ ਨਾ ਕਰ। ਮਾਂ ਮਾਂ ਪਤਾ ਨੀ ਕਿੱਧਰ ਵਰ ਗਈ, ਅੰਦਰ ਦੇਖਦਾ। ਪ੍ਰੀਤ ਖੜੀ ਹੋ, ਆ ਗਏ ਤੁਸੀਂ? ਹਾਂ ਪਾਣੀ ਦਵਾਂ? ਨਾ ਨਾ ਪੈ ਜਾ ਕੋਈ ਨਾ। ਕਿਵੇਂ ਹੁਣ ਠੀਕ ਆ ਤੂੰ ਪਹਿਲਾਂ ਨਾਲੋਂ? ਹਾਂਜੀ ਫਰਕ ਹੈ। ਚੱਲ ਠੀਕ ਆ, ਫਰਕ ਹੀ ਸਹੀਦਾ। ਉਹ ਸੱਚ ਮੈਂ ਤਾਂ ਗੱਲਾਂ ਗੱਲਾਂ ਚ ਭੁੱਲ ਗਿਆ, ਮਾਂ ਕਿੱਥੇ ਹੈਗੀ? ਉਹ ਮਾਂ ਦਿਸੇ ਨੀ ਰਹੀ, ਕਿੰਨੀਆਂ ਬਾਜਾਂ ਮਾਰੀਆਂ ਨੇ ਮਾਂ ਨੂੰ। ਮੰਮੀ ਉਹ ਨਾ ਅੱਜ ਦੀਦੀ ਆਏ ਸੀਗੇ ਤੇ ਮੰਮੀ ਦੀਦੀ ਨਾਲ ਚਲੇ ਗਏ। ਐਵੇਂ ਦੱਸੇ ਵੀ ਨਹੀਂ ਚਲੇ ਗਏ? ਹਾਂ ਉਹ ਕਹਿੰਦੀ ਸੀ, ਦੀਦੀ ਕਹਿੰਦੇ ਥੋੜਾ ਮੇਰਾ ਦਿਨ ਨਹੀਂ ਲੱਗਦਾ, ਆਪਣੇ ਕੋਲ ਦੋ ਦਿਨ ਰੱਖਣਗੇ ਫਿਰ ਛੱਡ ਜਾ। ਅੱਛਾ ਚੱਲ ਠੀਕ ਹੈ, ਤੂੰ ਇਹ ਦੱਸ ਤੂੰ ਚੰਗੀ ਤਰ੍ਹਾਂ ਠੀਕ ਹੈਗੀ ਆ ਜਾਂ ਨਾ? ਹਾਂਜੀ ਮੈਂ ਠੀਕ ਹਾਂ, ਬਸ ਥੋੜੇ ਚੱਕਰ ਆਈ ਜਾਂਦੇ ਨੇ ਹੋਰ ਕੁਛ। ਚੱਲ ਤੂੰ ਐਂ ਕਰ ਫਿਰ, ਜੇ ਨਹੀਂ ਠੀਕ ਨਾ ਚੰਗੀ ਤਰ੍ਹਾਂ ਆਪਾਂ ਡਾਕਟਰ ਕੋਲੇ ਚੱਲਦੇ ਆ, ਹੋਰ ਦਵਾਈ ਲਿਆਂਦੇ ਆ ਵਧੀਆ। ਦਵਾਈ ਤਾਂ ਪਈ ਆ, ਬਸ ਇੱਕ ਖੁਰਾਕ ਰਹਿ ਗਈ, ਉਸ ਤੋਂ ਬਾਅਦ ਦੇਖ ਲਾਂਗੇ ਜੇ ਨਾ ਫਰਕ ਪਿਆ ਫਿਰ ਲੈ ਆਵਾਂਗੇ। ਖੁਰਾਕ ਇੱਕ ਖੁਰਾਕ ਨਾਲ ਕੀ ਫਰਕ ਪਊਗਾ? ਹੋਰ ਕੀ ਆ, ਚੱਲ ਆ ਜਾ। ਚਲੋ ਨਾਲੇ ਮੈਂ ਵੀ ਚਾਹ ਪਾਣੀ ਪੀ ਲਾਂ, ਚੱਲਦੇ ਆ ਆਪਾਂ।
ਦੇਖ ਕੇ ਤੁਰਾ ਉਹਨਾਂ ਵਿੱਚ ਚੱਕਰ ਆ ਜੇ ਕੋਈ। ਇੱਕ ਤਾਂ ਧੁੱਪੇ ਵਾਲੀ ਹੈਗੀ, ਉਹ ਸਿਰ ਤੇ ਚੁੰਨੀ ਤਾਂ ਲੈ ਲਿਆ ਕਰ, ਤਾਂ ਹੀ ਤਾਂ ਬਿਮਾਰ ਹੁੰਦੀ ਆ ਤੂੰ। ਬਹਿ ਜਾ ਬਹਿ ਜਾ, ਖੜੀ ਨਾ ਚੱਲ ਫਿਰ ਤੂੰ ਐ ਕਰ ਬਾਪੂ, ਫੋਨ ਕਰ ਦਿਓ ਚੱਲ ਮੈਂ ਫੋਨ ਲਾ ਦੇਣਾ ਇਹਨੂੰ ਲੈ ਕੇ ਜਾ ਪੁੱਤ, ਹਰੇ ਬਾਜ਼ਾਰ ਨੇ ਆਇਆ ਢਿੱਲੀ ਮਿੱਟੀ ਤੂੰ ਹੈਗੇ ਆ ਡਿੰਪੂ ਵਿਆਹ ਚ। ਠੀਕ ਆ, ਤੂੰ ਕਿਹਾ ਕਹਾ ਮੋਟਰਸਾਈਕਲ ਵਾ ਤੇਜ਼ ਚਲਾਉਣਾ ਵਾ, ਤੂੰ ਵੀ ਇਹਨੂੰ ਐਵੇਂ ਕਾਹ ਤੇ ਲੈ ਜਾਈਗਾ। ਚੱਲ ਮੈਂ ਲੈ ਜਾਣਾ ਬਾਪੂ, ਚੱਲ ਆ ਜਾ ਯਾਰ ਪੁੱਤ, ਲੈ ਲਾ ਮੈਂ ਡਾਕਟਰ ਪਾਸ ਉਹਨੂੰ ਬੁਲਾ ਦਿੰਦਾ ਇੱਕ ਮਿੰਟ। ਮਾਂ ਕੁਛ ਹੋਰ ਲਿਆ ਖਾਣ ਵਾਸਤੇ? ਨਾ ਪੁੱਤ, ਆ ਜਿਹੜੇ ਆਪਾਂ ਭਟੂਰੇ ਜੇ ਖਾ ਲਏ ਨਾ, ਉਹਨਾਂ ਨੇ ਤਾਂ ਮੇਰੇ ਨਾ ਤੇਜ਼ਾਬ ਜਿਹਾ ਹੀ ਬਣਾਤਾ, ਹੁਣ ਕੁਛ ਹੋਰ ਖਾਣ ਨੂੰ ਜੀ ਨੀ ਕਰਦਾ ਮੇਰਾ ਤਾਂ। ਫਿਰ ਮੈਂ ਤੈਨੂੰ ਤੇਜ਼ਾਬ ਦੀ ਗੋਲੀ ਲਿਆ ਦਿੰਦੀ ਹਾਂ ਉਹ ਖਾ ਲਈ। ਨਹੀਂ ਨਹੀਂ ਉਹ ਵੀ ਨਹੀਂ ਮੈਂ ਖਾਣੀ, ਮੈਂ ਤਾਂ ਆਪਦੀਆਂ ਹੀ ਗੋਲੀਆਂ ਲੈ ਲੂੰਗੀ, ਉਹ ਹੈਗੀਆਂ ਨੇ ਮੇਰੇ ਬੈਗ ਜੇ ਚ ਬਸ। ਚੱਲ ਕੋਈ ਨੀ, ਹਾਂ ਉਹ ਗੋਲੀ ਖਾ ਲਈ ਤੂੰ, ਤੇ ਹੁਣ ਤੂੰ ਇੱਥੇ ਆਰਾਮ ਕਰ, ਵਧੀਆ ਮੈਂ ਤੈਨੂੰ ਇੱਥੇ ਲਈ, ਸੌਖੀ ਰਹੇਗੀ ਇੱਥੇ ਤੂੰ। ਹਾਂ ਪੁੱਤ, ਮੈਨੂੰ ਲੱਗਦਾ ਮੈਂ ਇੱਥੇ ਤੇਰੇ ਕੋਲ ਆ ਕੇ ਨਾ ਹੁਣ ਠੀਕ ਹੋ ਜਾਊ, ਥੋੜੀ ਤਕੜੀ ਹੋ ਜਾਊਗੀ ਮੈਂ। ਉਹੀ ਤਾਂ ਗੱਲ ਹੈਗੀ, ਹਾਂ ਉਸੇ ਤਾਂ ਜਮੀ ਤੇਰਾ ਸਰੀਰ ਦੇਖੇ ਕਿਵੇਂ ਕੀਤਾ ਪਿਆ ਉਹਨਾਂ ਨੇ, ਭੁੱਖ ਨਾਲ ਹੀ ਮਾਰੀ ਪਈ ਸੀਗੀ। ਬਸ ਬੁਰਾ ਹਾਲ ਕਰਤਾ ਜੇ ਕਹਿੰਦੇ ਆ, ਤੈਨੂੰ ਦੱਸੇ ਆ ਸਾਰੀਆਂ ਗੱਲਾਂ, ਫਿਰ ਆਪ ਹੀ ਬੁਰੇ ਵੱਜਦੇ ਆ ਆਪਾਂ ਤਾਂ। ਚੱਲ ਮੈਂ ਆਰਾਮ ਕਰ ਲਾ, ਤੂੰ ਕੋਈ ਨਹੀਂ ਕੰਮ ਆਉਂਦਾ ਪਾਇਆ, ਕੋਈ ਗੱਲ ਨਹੀਂ, ਲੋੜ ਹੋਈ ਕਿਸ ਚੀਜ਼ ਦੀ ਮੈਨੂੰ ਬਾਹਰ ਮਾਰ ਦੀ, ਮੈਂ ਬਾਹਰ ਹੀ ਇੱਥੇ ਕੰਮ ਕਰਦੀ ਜਾਂਗਾ। ਚੰਗਾ ਕਰ ਲਾ ਕੰਮ। ਕੋਈ ਗੱਲ ਨੀ ਦੇਖ ਲੈਣੇ। ਬੀਪੀ ਦੀ ਪ੍ਰੋਬਲਮ ਬਾਈ ਥੋੜੀ ਜੀ, ਬੀਪੀ ਦੀ ਹਾਂ, ਬੀਪੀ ਘਟਦਾ ਬਾਹਰ ਜਾਂਦੇ ਜੀ, ਇਹਨਾਂ ਦਾ ਪਤਾ ਨਹੀਂ ਮੁੰਡਿਆਂ ਨੂੰ, ਮੈਂ ਦੱਸਿਆ ਮੈਂ ਬਾਹਰ ਜਾਂਦੇ ਕਿਲੋ ਰੈਡ ਬੜਾ ਡਾਕਟਰ ਆਪਣੇ ਪਿੰਡ। ਕੋਈ ਗੱਲ ਨਹੀਂ ਜੀ, ਚਲੋ ਮੈਂ ਨਾ ਦਵਾਈ ਦਿੰਦਾ ਵੀਰੇ, ਤੇ ਲੈ ਲਿਓ ਠੀਕ ਹੋ ਜਾਓਗੇ, ਬਸ ਦੇਖ ਕੇ ਦਵਾਈ ਦੇ ਦਿਓ ਜੀ ਬਸ। ਠੀਕ ਹੈ ਜੀ, ਲੋੜ ਪਈ ਤਾਂ ਇੰਜੈਕਸ਼ਨ ਪਾਏ। ਹਾਂ ਹਾਂ, ਜੇ ਲੋੜ ਪਈ ਤਾਂ ਫਿਰ ਮੈਨੂੰ ਦੁਬਾਰੇ ਫੋਨ ਕਰ ਦਿਓ। ਇੰਜੈਕਸ਼ਨ ਤਾਂ ਘੱਟ ਹੀ ਲਾਉਂਦਾਗਾ। ਠੀਕ ਹੈ ਜੀ, ਇਹ ਤਾਂ ਗੋਲੀ ਇਹੀ ਦਿੰਦਾ ਨਾ ਬੰਦਾ ਨਾਲ ਦੀ ਨਾਲ ਠੀਕ ਆ, ਬਾਹਰ ਜਾਂਦੇ ਤਾਂ ਲੋੜ ਹੀ ਨਹੀਂ, ਤਾਂ ਬਾਹਰ ਦੇ ਲੋਕ ਜਿਹੜੇ ਬਾਹਰ ਜਾਂਦਾ ਬਾ ਆਪਣੇ ਪਿੰਡ ਤੈਨੂੰ ਕੀ ਲੋੜ ਬਾਹਰ ਜਾਂਦੇ ਕੋਈ ਨਾ ਬਾਪੂ। ਚੱਲ ਤੂੰ ਐ ਕਰ, ਦੋ ਮਿੰਟ ਰੁਕ, ਮੈਂ ਪਾਣੀ ਲਿਆਉਣਾ, ਗੋਲੀਆਂ ਲੈ ਲਈ। ਠੀਕ ਹੈ ਜੀ। ਹਾਂਜੀ,
ਸਾਰਾ ਪੀ ਜਾਂਦਾ ਉਹ ਚੰਗੀ ਤਰ੍ਹਾਂ ਪੀ ਲਾ ਗੋਲੀ ਚੰਗੀ ਤਰ੍ਹਾਂ ਲੰਘ ਜੂਗੀ ਚੱਲ ਐਂ ਕਰ ਹੁਣ ਪੈ ਜਾ ਤੂੰ ਮੈਂ ਖੇਤ ਗੇੜਾ ਮਾਰ ਕੇ ਆਉਂਦਾ ਚੰਗਾ ਲਿਆ ਕਿਵੇਂ ਹੁਣ ਠੀਕ ਆ ਤੂੰ ਹਾਂਜੀ ਮੈਂ ਠੀਕ ਹਾਂ ਚੱਲ ਠੀਕ ਹੈ ਚਾਹੀਦਾ ਨਾਲ ਤੈਨੂੰ ਕੋਈ ਫੋਨ ਫੂਨ ਆਇਆ ਬੇਬੇ ਦਾ ਮੰਮੀ ਦਾ ਫੋਨ ਨਾ ਜੀ ਮੈਨੂੰ ਤਾਂ ਨਹੀਂ ਆਇਆ ਤੁਹਾਡੇ ਕੋਲ ਆਇਆ ਮੇਰੇ ਕੋਲੇ ਵੀ ਨਹੀਂ ਆਇਆ ਤੇ ਭੈਣ ਨੇ ਵੀ ਨਹੀਂ ਕਰਿਆ ਤੈਨੂੰ ਫੋਨ ਕੋਈ ਨਾ ਜੀ ਹੱਦਾ ਯਾਰ ਹਫ਼ਤਾ ਹੋ ਗਿਆ ਅੱਜ ਕੋਈ ਫੋਨ ਨਹੀਂ ਕੋਈ ਪਤਾ ਨਹੀਂ ਗਾ ਐਂ ਇਹੋ ਜਿਹੀ ਕੀ ਗੱਲ ਆ ਗਈ ਤਾਂ ਮੈਂ ਫੋਨ ਲਾ ਕੇ ਦੇਖਦਾ ਮੇਰੀ ਗੱਲ ਸੁਣੋ ਹਾਂ ਫੋਨਾਂ ਤੇ ਮੇਰੀ ਗੱਲ ਸੁਣੋ ਤੁਹਾਨੂੰ ਪਤਾ ਦੀਦੀ ਆਏ ਸੀਗੇ ਮੰਮੀ ਗੁੱਸੇ ਹੋ ਕੇ ਗਏ ਨੇ ਮੇਰੇ ਨਾਲ ਬਹੁਤ ਲੜ ਕੇ ਦੀਦੀ ਨੇ ਵੀ ਬਹੁਤ ਮਾੜਾ ਚੰਗਾ ਬੋਲਿਆ ਲੈ ਇਹੀ ਜਿਹੀ ਗੱਲ ਆ ਮੈਂ ਇੱਕ ਮਿੰਟ ਫੋਨ ਲਾ ਕੇ ਪੁੱਛਦਾ ਕੀ ਕਹਿੰਦੀ ਆ ਨਾ ਨਾ ਰਹਿਣ ਦੋ ਫੋਨ ਨਹੀਂ ਲਾਉਣਾ ਤੁਸੀਂ ਕਿਉਂ ਕੀ ਹੋ ਗਿਆ ਫੋਨ ਦਾ ਤੂੰ ਲਾਉਣਾ ਨਹੀਂ ਨਹੀਂ ਮੈਂ ਕਹਿੰਦਾ ਨਾ ਤੁਹਾਨੂੰ ਨਹੀਂ ਲਾਉਣਾ ਫੋਨ ਨਹੀਂ ਲਾਉਣਾ ਉਹ ਗੱਲ ਹੋਈ ਕੀ ਹੈ ਮੈਨੂੰ ਦੱਸੇਂਗੀ ਵੀ ਉਹ ਤੂੰ ਮੈਨੂੰ ਗੱਲ ਦੱਸ ਕੀ ਹੋਈ ਹੈ ਮੇਰੀ ਗੱਲ ਸੁਣੋ ਮੈਂ ਹੁਣ ਕਿਵੇਂ ਦੱਸਾਂ ਤੁਹਾਨੂੰ ਮੂੰਹ ਨਾਲ ਹੋਰ ਕਿਵੇਂ ਉਸ ਦਿਨ ਦੀਦੀ ਆਈ ਸੀ ਨਾ ਮੰਮੀ ਗੁੱਸੇ ਹੋ ਕੇ ਗਏ ਨੇ ਮੇਰੇ ਨਾਲ ਲੜ ਕੇ ਗਏ ਨੇ ਘਰੋਂ ਤੇ ਦੀਦੀ ਵੀ ਬਹੁਤ ਬੁਰਾ ਭਲਾ ਬੋਲ ਕੇ ਗਏ ਨੇ ਬੁਰਾ ਭਲਾ ਐ ਬੁਰਾ ਭਲਾ ਕੀ ਬੋਲ ਗਏ ਤੂੰ ਉਦੋਂ ਦਾ ਕਿਉਂ ਨਹੀਂ ਦੱਸਿਆ ਹੈਗਾ ਮੈਨੂੰ ਫਿਰ ਮੈਂ ਉਦੋਂ ਤੁਹਾਨੂੰ ਦੱਸਦੀ ਸੀਗੀ ਪਰ ਮੈਨੂੰ ਡਰ ਸੀ ਵੀ ਤੁਸੀਂ ਮੇਰੇ ਨਾਲ ਲੜੋਗੇ ਮੈਨੂੰ ਬੋਲੋਗੇ ਲੈ ਮੇਰਾ ਕੀ ਦਿਮਾਗ ਖਰਾਬ ਹੈ ਜੇ ਮੈਨੂੰ ਕੋਈ ਗੱਲ ਪਤਾ ਲੱਗੂ ਤਾਂ ਹੀ ਬੋਲੂੰਗਾ ਮੈਂ ਆ ਹੁਣ ਦੱਸਿਆ ਤੂੰ ਮੈਨੂੰ ਇਹੋ ਜਿਹੀ ਕੀ ਗੱਲ ਕਹਿਤੀ ਤੂੰ ਮਾਂ ਨੂੰ ਮੈਂ ਨਹੀਂ ਕੁਛ ਕਿਹਾ ਦੀਦੀ ਆਏ ਦੀਦੀ ਬੋਲਣ ਲੱਗ ਗਏ ਮੈਨੂੰ ਵੀ ਤੂੰ ਪਈ ਹੈ ਬੁੱਧ ਨੇ ਬਿਮਾਰ ਸੀ ਦੀਦੀ ਬੋਲਣ ਲੱਗ ਗਏ ਵੀ ਤੂੰ ਵਿਹਲੀ ਪਈ ਹੈ ਤੇ ਮੰਮੀ ਦਾ ਧਿਆਨ ਨਹੀਂ ਰੱਖਿਆ ਇਹ ਉਹ ਬਹੁਤ ਕੁਛ ਬੋਲੇ ਮੈਨੂੰ ਦੀਦੀ ਕਹਿੰਦੀ ਮੈਂ ਤਾਂ ਆਪਣੀ ਮੰਮੀ ਨੂੰ ਲੈ ਕੇ ਜਾਣਾ ਆਪਣੇ ਕੋਲ ਪਰ ਮੈਂ ਵੀ ਗੁੱਸੇ ਚ ਕਹਿਤਾ ਕਿ ਲੈ ਜਾਓ ਫਿਰ ਮੈਂ ਵੀ ਦੇਖਦੇ ਕਿੰਨੇ ਕੁ ਦਿਨ ਰੱਖ ਦਿਓ ਤੁਸੀਂ ਤੁਹਾਡਾ ਵੀ ਬੁੜੀਆਂ ਕੁੜੀਆਂ ਦਾ ਕੁਛ ਪਤਾ ਨਹੀਂ ਲੱਗਦਾ ਕਿਹੜੇ ਬੜੇ ਲੜ ਪੈਂਦੇ ਹੋ ਕਿਹੜੇ ਬੜੇ ਇੱਕੋ ਜੀਆਂ ਹੋ ਜਾਂਦੀਆਂ ਹੋਗੀਆਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਉਧਰੋਂ ਬੇਬੇ ਨੂੰ ਕੀ ਹੋਇਆ ਵੀ ਚੱਕ ਕੇ ਮੂੰਹ ਉਹ ਵੀ ਲੰਘ ਗਈ ਵੀ ਇੰਨੇ ਦਿਨ ਆਪਦੀ ਕੁੜੀ ਦੇ ਘਰੇ ਬੈਠੀ ਚੰਗੀ ਲੱਗਦੀ ਆ ਉਹ ਨਾ ਤੂੰ ਮੈਨੂੰ ਦੱਸਿਆ ਬਸ ਹਰਿਆ ਪਿਆ ਤੇਰਾ ਵੀ ਮੈਂ ਕਰਦਾ ਮੈਂ ਜਾਣਾ ਗਾ ਮਾਂ ਨੂੰ ਲੈ ਕੇ ਆਉਣਾ ਮੈਂ ਫੇਰ ਕੀ ਅਜੇ ਮਾੜਾ ਮੋਟਾ ਬੋਲ ਵੀ ਗਈ ਤੈਨੂੰ ਮਾੜਾ ਮੋਟਾ ਨੀ ਬਹੁਤ ਕੁਛ ਬੋਲ ਕੇ ਗਏ ਨੇ ਬਹੁਤ ਕੁਛ ਹੁਣ ਆ ਤੂੰ ਘੱਟ ਹੈ ਤੂੰ ਵੀ ਪਤਾ ਨੀ ਕੀ ਕੁਛ ਬੋਲੀ ਹੋਣੀ ਮੂਹਰੇ ਕੁਛ ਨੀ ਬੋਲੀ ਮੈਂ ਡੈਡੀ ਨਾਲ ਗੱਲ ਕਰ ਲਓ ਡੈਡੀ ਨੂੰ ਸਾਰਾ ਕੁਛ ਪਤਾ ਲੈ ਅੱਛਾ ਬਾਪੂ ਵੀ ਵਿੱਚ ਆ ਬਾਪੂ ਨੇ ਵੀ ਮੈਨੂੰ ਕੋਈ ਗੱਲ ਦੱਸੀ ਬਾਪੂ ਵੀ ਜਨਾਨੀਆਂ ਨਾਲ ਦਾ ਹੀ ਹੋ ਗਿਆ ਚੱਲ ਛੱਡ ਯਾਰ ਬਾਪੂ ਨਾਲ ਤਾਂ ਮੈਂ ਫੇਰ ਗੱਲ ਕਰੂੰਗਾ ਮੈਂ ਪਹਿਲਾਂ ਮਾਂ ਨੂੰ ਲੈ ਕੇ ਆਉਣਾਗਾ ਹੈਲੋ ਸਤਿ ਸ਼੍ਰੀ ਅਕਾਲ ਭੈਣੇ ਹਾਂ ਭੈਣੇ ਠੀਕ ਹੈ ਤੂੰ ਮਾਂ ਕਿਵੇਂ ਹੈ ਹੈਂ ਅੱਛਾ ਕਿਹੜੇ ਹਸਪਤਾਲ ਚੋਂ ਬਾਈ ਚੱਲ ਠੀਕ ਆ ਭੈਣੇ ਆਉਣਾ ਮੈਂ ਕੀ ਹੋਇਆ ਮਾਂ ਜ਼ਿਆਦਾ ਬਿਮਾਰ ਹੋ ਰਹੀ ਹੈ ਉਹ ਹਸਪਤਾਲ ਚ ਦਾਖਲ ਹੈ ਅੱਛਾ ਚਲ ਐਂ ਕਰੋ ਤੁਸੀਂ ਬਾਪੂ ਨੂੰ ਬੁਲਾ ਲਓ ਫਿਰ ਆਪਾਂ ਬਿਨਾਂ ਦੇਰ ਕਿਤੇ ਫਟਾਫਟ ਹਸਪੀਟਲ ਚੱਲਦੇ ਆ ਮੰਮੀ ਕੋਲ ਚੱਲ ਠੀਕ ਹੈ ਮੈਂ ਬਾਪੂ ਨੂੰ ਬੁਲਾਉਣਾਗਾ ਚਲੋ ਠੀਕ ਹੈ ਬੁਲਾਓ ਭੈਣੇ ਉਹ ਚੱਲ ਤੂੰ ਐਂ ਕਰ ਛੇਤੀ ਜਿਹੜਾ ਸਮਾਨ ਚੱਕਣਾ ਚੱਕ ਲੈ ਚੱਲੀਏ ਹਾਂਜੀ ਹਾਂਜੀ ਆ ਬਾਪੂ ਉਹ ਬਾਪੂ ਉਹ ਕਿੱਥੇ ਮਰ ਗਿਆ ਯਾਰ ਬਾਪੂ ਕੀ ਹੋ ਗਿਆ ਤੈਨੂੰ ਯਾਰ ਫਿਰਦਾ ਆਹ ਕੀ ਝਾਕਦਾ ਬਾਪੂ ਤਾਂ ਹੰਦੋ ਟਿੱਕੂਗਾ ਬਾਪੂ ਇੱਧਰ ਆ ਉਹ ਬਾਪੂ
ਯਾਰ ਬੇਬੇ ਬੇਬੇ ਲਈ ਆ, ਬੇਬੇ ਆਪਦੇ ਆਪ ਗਈ ਆ, ਬੇਬੇ ਨੂੰ ਜੇ ਬਾਹਰ ਇਹ ਆਉਂਦਾ ਨਾ ਜਾ ਕੇ ਇੱਕ ਦਿਨ ਲਿਆ ਜਾ ਕੇ। ਉਹ ਯਾਰ ਮੇਰੀ ਗੱਲ ਤਾਂ ਸੁਣ ਲਾ, ਮੇਰੀ ਨਾ ਭੈਣ ਨਾਲ ਗੱਲ ਹੋਈ ਸੀਗੀ। ਉਹ ਚ ਭੈਣ ਨਾਲ ਗੱਲ ਹੋਈ ਆ? ਭੈਣ ਨੇ ਆਈ ਕਿਹਾ ਉਹ ਦੋ ਗਾਲਾਂ ਦੇ ਦੇਣਗੀਆਂ, ਨਾ ਮੈਂ ਜਾਣਦਾ ਗਾ ਉਹਨੂੰ, ਸਾਰਾ ਕੁਝ ਜਾਣਦਾ, ਮੇਰੀ ਤਾਂ ਧੀ ਆ ਤੇਰੀ ਭੈਣ ਆ। ਉਹ ਯਾਰ ਮੇਰੀ ਗੱਲ ਤਾਂ ਸੁਣ ਲਾ। ਹਾਂ ਦੱਸ ਕੀ ਕਹਿਣਾ, ਤੂੰ ਦੱਸ ਦੇ। ਉਹ ਬੇਬੇ ਜ਼ਿਆਦਾ ਬਿਮਾਰ ਹੋ ਰਹੀ ਆ ਯਾਰ, ਮੇਰੀ ਭੈਣ ਨਾਲ ਗੱਲ ਹੋਈ ਆ, ਉਹ ਕਹਿੰਦੀ ਹਸਪਤਾਲ ਚ ਦਾਖਲ ਹੈ। ਓਏ ਜੇ ਜ਼ਿਆਦਾ ਬਿਮਾਰ ਹੋ ਰਹੀ ਆ, ਉਹ ਆਪਦੇ ਆਪ ਹੀ ਬਿਮਾਰ ਹੋਈ ਆ, ਉਹਨੂੰ ਕਿਹਨੇ ਕਿਹਾ ਜੀ ਉੱਥੇ ਜਾ ਕੇ ਬਹਿ ਜਾ? ਉਹਨਾਂ ਨੂੰ ਕਿਸੇ ਨੇ ਕਿਹਾ ਸੀਗਾ ਕਿ ਉਹਨੂੰ ਨਾ ਤਾਂ ਉਹਨੂੰ ਦਵਾਈ ਦਾ ਪਤਾ ਕਿ ਕਿਹੜੀ ਦੇਣੀ ਆ, ਤੇ ਨਾ ਉਹਨੂੰ ਆਏ ਪਤਾ ਕਿਹੜੀ ਚੀਜ਼ ਖਵਾਉਣੀ ਆ, ਕੋਈ ਉਲਟ ਛੁਲਟ ਖਵਾਤੀ ਤੇ ਉਹਦੀ ਇਨਫੈਕਸ਼ਨ ਹੋ ਗਈ ਬਸ। ਉਹ ਫਿਰ ਕੀ ਆ ਯਾਰ, ਹੁਣ ਨਾਲ ਜਾਣਾ ਤਾਂ ਹੈਗਾ ਹੀ ਆ, ਪਤਾ ਤਾਂ ਲੈਣਾ ਹੀ ਆ ਜੇ ਜ਼ਿਆਦਾ ਬਿਮਾਰ ਹੋ ਗਈ ਫਿਰ। ਮੈਂ ਤੈਨੂੰ ਕਹੀ ਤਾਂ ਜਾਂਦਾ ਗੱਲ, ਜੇ ਤੂੰ ਉਹਦੇ ਫਿਰ ਘਰੇ ਹੁੰਦਾ ਮੈਨੂੰ ਫਿਰ ਪਤਾ ਹੁੰਦਾ, ਐਵੇਂ ਬਿਨਾਂ ਗੱਲਬਾਤ ਤੋਂ ਨਹੀਂ ਕਹੀਦਾ ਹੁੰਦਾ। ਮੈਂ ਸਾਰਾ ਕੁਝ ਮੈਨੂੰ ਪਤਾ ਵੀ ਬਾਗਜਾਨ ਨੂੰ ਕੋਈ ਆਫਤ ਨਹੀਂ ਆਈ। ਉਹ ਤੂੰ ਕਿੱਥੇ ਮਰ ਗਈ ਯਾਰ, ਬਾਹਰ ਨਿਕਲਿਆ? ਤੈਨੂੰ ਪਤਾ ਤਾਂ ਹੈਗਾ ਉਹਨੂੰ ਕੋਈ ਗਲਤ ਮਾੜੀ ਚੀਜ਼ ਦਿੱਤੀ ਜਾਵੇ ਉਹਦੀ ਨਾਲ ਇਨਫੈਕਸ਼ਨ ਵੱਧ ਜਾਂਦੀ ਹੈ, ਇਹਨੂੰ ਸਾਰਾ ਪਤਾ ਹੈਗਾ। ਚਲੋ ਚੱਲੀਏ, ਪਹਿਲਾਂ ਚੱਲਦੇ ਹਾਂ। ਇੱਕੋ ਜਿਹੇ ਜੇ ਕਿਤੇ ਮੇਰੀ ਮਾਂ ਨੂੰ ਕੁਛ ਹੋ ਗਿਆ ਨਾ, ਫਿਰ ਤੁਹਾਨੂੰ ਦੋਹਾਂ ਨੂੰ ਮੈਂ ਪੁੱਛੂ, ਉਹ ਭੇਜੀਓ ਤੁਸੀਂ ਆਗੀ। ਗੱਲ ਸੁਣੋ ਮੇਰੀ, ਤੂੰ ਜੇ ਉਹਦੇ ਘਰੇ ਹੁੰਦਾ ਨਾ, ਫਿਰ ਤੈਨੂੰ ਪਤਾ ਲੱਗਦਾ ਅਸੀਂ ਕੀ ਕਿਹਾ ਸੀ ਉਹਨੂੰ। ਸਾਰੀਆਂ ਉਂਗਲਾਂ ਇਹਦੇ ਉੱਠਦੀਆਂ ਸੀ, ਤੂੰ ਇਹਦੇ ਚ ਕਸੂਰ ਕੱਢੀ ਜਾਣਾ। ਇਹਦੇ ਚ ਕੀ ਕਸੂਰ ਆ? ਇਹਦੇ ਚ ਇਹੀ ਕਸੂਰ ਆ ਵੀ ਦਿਨ ਰਾਤ ਸੇਵਾ ਕਰਦੀ ਸੀਗੀ। ਮਾਰਦਾ ਗੱਲਾਂ ਪੱਟੀਆਂ ਪੱਟੀਆਂ, ਜਿਹਦੀ ਥਾਂ ਤੇ ਹੋਰ ਹੁੰਦੀ ਨਾ ਫੜ ਕੇ ਜਿਹਦੀ ਥਾਂ ਤੇ ਹੋਰ ਹੁੰਦੀ ਨਾ ਫੜ ਕੇ ਬੋਤਲ ਜਿਹੜਾ ਘਰੋਂ ਕੱਢਿਆ ਹੁੰਦਾ, ਫਿਰ ਤਾਂ ਚੰਗੀ ਸੀਗੀ। ਹੁਣ ਦਿਨ ਰਾਤ ਸੇਵਾ ਕਰਦੀ ਹੈ ਭਾਈ, ਇਹ ਆਪੇ ਮਾੜੀ। ਹੁਣ ਤੂੰ ਇੱਥੇ ਬੁੜਬੁੜ ਕਈ ਕਰ ਗਈ ਆਏਗਾ ਯਾਰ, ਕਿ ਚੱਕ ਚੱਲੇਗਾ ਵੀ? ਮੈਂ ਤੈਨੂੰ ਦੱਸੀ ਜਾਣਾ, ਤੂੰ ਐਡੀ ਆਫਤ ਨਹੀਂ ਆਈ, ਉਹਦੀ ਫੈਕਸ਼ਨ ਵਧੀਆ ਹੋ। ਮੈਂ ਤੈਨੂੰ ਇੱਥੇ ਬੈਠਾ ਮੇਰੀ ਸਾਰੀ ਉਮਰ ਲੰਘ ਗਈ ਉਹਦੇ ਨਾਲ, ਜੋ ਮਾੜੀ ਚੀਜ਼ ਗਲਤ ਖਾ ਜਾਣਾ ਉਹਦੀ ਫੈਕਸ਼ਨ ਵੱਧ ਜਾਂਦੀ ਹੈ। ਉਹ ਬਾਬਾ ਗੁਰੂ ਆ, ਜੋੜਦਾ ਤੇਰੇ ਅੱਗੇ ਹੱਥ, ਚੱਲੀਏ ਹੁਣ? ਉਹ ਜਾਵਾਂਗੇ, ਚੱਲ ਫਿਰ। ਮੈਂ ਤੈਨੂੰ ਐਂ ਕਹਿਣਾ, ਤੂੰ ਵਗ ਚੱਲ, ਮੈਂ ਆੜ ਤੋਂ ਪੈਸੇ ਲੈ ਕੇ ਆ ਜਾਣਾਗਾ। ਚੱਲ ਠੀਕ ਹੈ, ਆਹੋ ਤੁਸੀਂ ਜਿਹੜੇ ਜਾਓਗੇ ਨਾ ਹਸਪਤਾਲ ਚ ਵਗ ਜਾਓ, ਆੜ ਤੋਂ ਪੈਸੇ ਲੈ ਕੇ ਤੁਹਾਡੇ ਕੋਲ ਆਪੇ ਪਹੁੰਚ ਜਾਊਗਾ। ਚੱਲ ਠੀਕ ਹੈ, ਉੱਥੇ ਜਾ ਕੇ ਐਂ ਕੀ ਕਰਾਂਗੇ? ਠੀਕ ਹੈ ਡੈਡੀ, ਤੁਸੀਂ ਆ ਜਾਓ। ਨੋਟਸ ਕੀ ਪ੍ਰੋਬਲਮ ਆਈ ਹੈ ਮੇਰੀ ਮਾਤਾ ਨੂੰ? ਕੀ ਨਾਮ ਕੀ ਹੈ ਜੀ? ਸੁਖਪਾਲ ਕੌਰ। ਸੁਖਪਾਲ ਕੌਰ, ਮੰਨ ਲਓ ਜੀ ਕੁਝ ਗਲਤ ਖਾ ਪੀ ਲਿਆ ਜੀ ਕੁਛ, ਉਹਦੇ ਕਰਕੇ ਪੇਟ 'ਚ ਇਨਫੈਕਸ਼ਨ ਹੋਈ ਪਈ ਹੈ, ਮਤਲਬ ਜ਼ਹਿਰ ਵਾਦੀ ਜੀ ਹੋਈ ਪਈ ਹੈ। ਅੱਛਾ, ਅਸੀਂ ਤਾਂ ਵੈਸੇ ਉਹਨਾਂ ਨੂੰ ਕਿਸੇ ਦਿੱਤਾ ਵੀ ਨਹੀਂ ਖਾਣ ਨੂੰ ਜਿਹਦੇ ਨਾਲ ਇੱਦਾਂ ਹੋ ਜਾਵੇ ਉਹਨਾਂ ਨੂੰ। ਜੀ ਰਿਪੋਰਟਾਂ 'ਚ ਆਇਆ ਜੋ ਹੀ ਦੱਸ ਰਿਹਾ ਜੀ, ਕੁਛ ਤਲੀਆਂ ਹੋਈਆਂ ਚੀਜ਼ਾਂ, ਮੰਨ ਲਓ ਇਹੋ ਜਿਹਾ ਕੋਈ ਚੀਜ਼ ਖਵਾਇਆ ਹੋਊ ਤੁਸੀਂ। ਅੱਛਾ, ਅਤੇ ਵੱਡੇ ਡਾਕਟਰ ਸਾਹਿਬ ਜੀ ਆਉਣਗੇ ਅਤੇ ਉਹ ਤੁਹਾਨੂੰ ਦੱਸਣਗੇ ਸਾਰਾ ਕੁਛ ਜੀ। ਠੀਕ ਹੈ ਜੀ, ਵੀ ਜ਼ਿਆਦਾ ਕੋਈ ਡਰ ਵਾਲੀ ਗੱਲ ਤਾਂ ਨਹੀਂ ਹੈਗੀ? ਚਲੋ
ਪ੍ਰੀਤ ਮੈਨੂੰ ਪਤਾ ਨਹੀਂ ਸੀਗਾ ਵੀ ਮੰਮੀ ਨੂੰ ਇਨਫੈਕਸ਼ਨ ਹੋ ਜੂਗੀ, ਨਾਲੇ ਮੈਂ ਤਾਂ ਜਿਹੜਾ ਅਸੀਂ ਘਰੇ ਖਾਂਦੇ ਸੀ ਉਹੀ ਦਿੱਤਾ ਸੀਗਾ। ਨਾਲੇ ਦੂਜੀ ਗੱਲ, ਜਿੰਨੀ ਤੂੰ ਸਾਂਭ ਸੰਭਾਲ ਕੀਤੀ ਆ ਬਈ ਓਨੀ ਮੇਰੇ ਤੋਂ ਨਹੀਂ ਹੋਏਗੀ। ਮੈਂ ਇਸ ਗੱਲ ਦੀ ਤੇਰੇ ਤੋਂ ਮਾਫ਼ੀ ਮੰਗਦੀ ਹਾਂ, ਮੈਨੂੰ ਮਾਫ਼ ਕਰ ਦੇ। ਜਿੰਨਾ ਤੂੰ ਆਪਦੀ ਸੱਸ ਨੂੰ ਸਾਂਭਿਆ ਨਾ ਉਹਨਾਂ ਕੋਈ ਨਹੀਂ ਸਾਂਭ ਸਕਦਾ। ਬਜ਼ੁਰਗਾਂ ਨੂੰ ਸਾਂਭਣਾ ਬਹੁਤ ਔਖਾ ਹੁੰਦਾ। ਮੈਂ ਤਾਂ ਭੁਲੇਖਾ ਸੀ ਮੈਨੂੰ ਇਸ ਗੱਲ ਦਾ ਵੀ ਮੰਮੀ ਜਿਵੇਂ ਮੈਨੂੰ ਕਹੇਗੀ ਮੈਂ ਉਵੇਂ ਕਰੇਗੀ, ਵੀ ਸੱਚ ਹੀ ਤੂੰ ਮੰਮੀ ਨਾਲ ਇੱਦਾਂ ਕਰਦੀ ਹੋਏਗੀ। ਪਰ ਹੁਣ ਪਤਾ ਲੱਗਿਆ ਵੀ ਨਹੀਂ, ਤੂੰ ਸਹੀ ਸੀ ਆਪਦੀ ਜਗ੍ਹਾ 'ਤੇ। ਨਹੀਂ ਪੁੱਤਾ, ਇਹ ਤਾਂ ਬਹੁਤ ਸਾਂਭਦੀ ਸੀ, ਬਹੁਤ ਦੇਖਭਾਲ ਕਰਦੀ ਸੀ, ਟਾਈਮ ਸਿਰ ਦਵਾਈ ਦਿੰਦੀ ਸੀ, ਪਰ ਇਸੇ ਨੇ ਤੇਰੇ ਮਨ 'ਚ ਗਲਤ ਗੱਲਾਂ ਪਾ ਕੇ ਨਾ ਤੂੰ ਬਸ ਮੈਂ ਹੁਣ ਤੈਨੂੰ ਕੀ ਕਹਾਂ। ਸਾਰਾ ਕੁਛ ਕਰਤਾ ਉਹ ਕੋਈ ਗੱਲ ਨੀ, ਮੈਂ ਤਾਂ ਤੁਹਾਨੂੰ ਗਾਹਾਂ ਨੂੰ ਵੀ ਕਹਿਣਾ ਆਹ ਮਾੜੀਆਂ ਮੋਟੀਆਂ ਗੱਲਾਂ 'ਤੇ ਜੋ ਆਪਾਂ ਕਿਸੇ ਵਿਆਹ 'ਤੇ ਲਿਆਉਣੇ ਆ ਇਹਨੂੰ ਧੀ ਬਣਾ ਕੇ ਰੱਖਿਆ ਕਰੋ। ਇਹਨੂੰ ਮੈਂ ਬਹੁਤ ਸਮਝਾਉਂਦਾ ਸੀ ਪਰ ਇਹ ਮੇਰੀ ਗੱਲ ਕੀਤੀ ਵੀ ਨਾ ਮੈਨੂੰ। ਚਲ ਕੋਈ ਨਾ, ਜੋ ਹੋ ਗਿਆ ਉਹ ਆ ਗਿਆ, ਆਪਾਂ ਹੁਣ ਬੇਬੇ ਨੂੰ ਘਰੇ ਲੈ ਕੇ ਚੱਲਦੇ। ਚੱਲ ਕੋਈ ਗੱਲ ਨਹੀਂ, ਮੈਂ ਡਾਕਟਰ ਤੋਂ ਛੁੱਟੀ ਲੈ ਲੈਣਾ ਫਿਰ ਆਪਾਂ ਘਰੇ ਲੈ ਜਾਵਾਂਗੇ, ਬਸ ਗਾਹਾਂ ਨੂੰ ਇਹ ਗੱਲ ਕੋਈ ਛੇੜਨੀ ਨਹੀਂ, ਆਪਾਂ ਆਹਦਾ ਰਾਜ ਮਿਲ ਕੇ ਰਿਹਾ ਕਰੋ। ਠੀਕ ਆ ਪੁੱਤਾ? ਠੀਕ ਆ ਬਾਪੂ ਜੀ। ਬੜੀ ਚੰਗੀ ਗੱਲ ਆ, ਜੇ ਰਾਜ ਮਿਲ ਕੇ ਰਹੋਗੇ ਤੇਰੀ ਸਾਰਾ ਕੁਛ ਹੁੰਦਾ। ਐਵੇਂ ਜਿਹੜਾ ਬੰਦਾ ਕੋਈ ਆਪਣੀ ਸੇਵਾ ਕਰਦਾ ਕਰ ਤਰ੍ਹਾਂ ਦੀ, ਆਪਾਂ ਇਹ ਕਹਾਂਗੇ ਨਾ ਆਪਣੀ ਸੇਵਾ ਨੇ ਗਲਤ ਗੱਲ ਹੁੰਦੀ ਹੈ। ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਕਿਵੇਂ ਦੀ ਲੱਗੀ ਵੀਡੀਓ? ਜੇ ਵਧੀਆ ਲੱਗੀ ਤਾਂ ਕਮੈਂਟ ਲਾਜ਼ਮੀ ਕਰਿਆ ਕਰੋ ਅਤੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਲਾਈਕ। ਜਿਹੜੇ ਵੀਰ ਸਾਨੂੰ ਵੀਡੀਓ 'ਤੇ ਕਮੈਂਟ ਕਰਦੇ ਨੇ ਉਹਨਾਂ 'ਚ ਨਾ ਬੋਲਣ ਲੱਗਿਆ, ਪਰ ਤੁਸੀਂ ਕਮੈਂਟ ਬਹੁਤ ਘੱਟ ਕਰਦੇ ਹੋ। ਅਨਮੋਲ, ਹਰਵਿੰਦਰ ਸਿੰਘ, ਜੱਟ ਫਿਲਮੀ, ਪਿੰਕੀ ਰਾਣੀ, ਸੁਖਰਾਜ ਸਿੰਘ, ਭੋਲਾ ਗਿੱਲ, ਮੋਹਰ ਸਿੰਘ ਅਤੇ ਸੰਦੀਪ ਬਈ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਅਤੇ ਹੋਰ ਦੇ ਵੀ ਬੋਲਦੇ ਹਾਂ ਜੀ, ਦੋ ਚਾਰ ਹੋਰ ਹੈਗੇ ਆ। ਹਰਜੀਤ ਕੌਰ, ਹਰਵਿੰਦਰ ਸਿੰਘ ਬਈ, ਤੁਹਾਡਾ ਦੋ ਤਿੰਨ ਵਾਰੀ ਨਾਮ ਆ ਗਿਆ ਤੇਰਾ ਬਈ, ਬਹੁਤ ਬਹੁਤ ਧੰਨਵਾਦ। ਦੋ ਚਾਰ ਵੀਡੀਓ ਤੋਂ ਦੇਖਦੇ ਹਾਂ, ਲਾਈਕ ਕਰਦਾ, ਕਮੈਂਟ ਕਰਦਾ, ਸ਼ੇਅਰ ਕਰਦਾ, ਤੇਰਾ ਬਹੁਤ ਬਹੁਤ ਧੰਨਵਾਦ ਹੈ। ਅਤੇ ਅਨਮੋਲ ਵੀ, ਇਹਨੇ ਵੀ ਬਹੁਤ ਬਹੁਤ ਧੰਨਵਾਦ। ਜਸਵੰਤਰ ਕੌਰ, ਜਸਵੰਤ ਕੌਰ ਵੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਹਰਵਿੰਦਰ ਸਿੰਘ ਜੀ, ਬਹੁਤ ਵਧੀਆ ਤੁਹਾਡੀਆਂ ਵੀਡੀਓ, ਕਮੈਂਟ ਬਹੁਤ ਸੋਹਣੇ ਸੋਹਣੇ ਲੱਗਦਾ ਬਈ, ਤੇਰਾ ਬਹੁਤ ਬਹੁਤ ਧੰਨਵਾਦ। ਹਰ ਵੀਡੀਓ 'ਤੇ ਕਮੈਂਟ ਆਉਂਦਾ ਬਈ ਤੇਰਾ, ਬਹੁਤ ਬਹੁਤ ਧੰਨਵਾਦ। ਅਤੇ ਸੁਖਰਾਜ ਸਿੰਘ ਜੀ, ਅਤੇ ਮਨਜੀਤ ਕੌਰ ਜੀ, ਅਤੇ ਹਰਵਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਦਿਲੋਂ ਜੀ, ਸੱਚੇ ਦਿਲੋਂ। ਹਾਂਜੀ, ਥੈਂਕ ਯੂ। ਇਸ ਤਰ੍ਹਾਂ ਸਾਡੀ ਵੀਡੀਓ ਨੂੰ ਕਮੈਂਟ ਕਰਿਆ ਕਰੋ, ਸ਼ੇਅਰ ਕਰਿਆ ਕਰੋ ਅਤੇ ਵੱਧ ਤੋਂ ਵੱਧ ਸਪੋਰਟ ਕਰੋ। ਜੇ ਤੁਸੀਂ ਸਪੋਰਟ ਕਰੋਗੇ ਤਾਂ ਅਸੀਂ ਵਧੀਆ ਵਧੀਆ ਵੀਡੀਓ ਲਿਆਵਾਂਗੇ। ਜੇ ਮੈਨੂੰ ਪਸੰਦ ਕਰਦੇ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਸਾਰਿਆਂ ਦਾ ਧੰਨਵਾਦ।